ਮੈਂ ਕਿਹਾ ਜੀ ਤੁਹਾਡੀ ਪੂਜਾ ਪਾਠ ਖਤਮ ਹੋਈ ਜੇ ਕਿ ਨਹੀਂ ਆ ਕੇ ਮੁੰਡੇ ਨੂੰ ਤੇ ਫੜੋ ਆਇਆ ਜੀ ਆਇਆ ਯਾਰ ਸੌ ਵਾਰੀ ਕੀ ਮੇਰੀ ਪੂਜਾ ਪਾਠ ਵੇਲੇ ਬਹੁਤ ਹੀ ਕਾਲੀ ਨਾ ਪਾਇਆ ਕਰ ਓਏ ਮੇਰਾ ਜੀਤਾ ਪੁੱਤਰ ਓਏ ਮੇਰਾ ਜੀਤਾ ਪੁੱਤਰ ਓਏ ਦੇਖ ਪੁੱਤਰ ਗੱਲ ਸੁਣ ਤੂੰ ਛੇਤੀ ਛੇਤੀ ਵੱਡਾ ਹੋ ਗਿਆ ਨਾ ਫਿਰ ਖੇਤਾਂ ਦਾ ਸਾਰਾ ਕੰਮ ਸੰਭਾਲ ਲੈ ਤੇ ਮੇਰੀ ਤੂੰ ਸੱਜੀ ਬਾਹ ਬਣ ਜਾ ਹਾਂ ਹਾਂ ਕਾਰੋਬਾਰ ਸੰਭਾਲ ਇਹ ਨਹੀਂ ਆਖਦੇ ਪੜ੍ਹਾ ਲਿਖਾ ਕੇ ਇਹਨੂੰ ਅਸੀਂ ਬਹੁਤ ਵੱਡਾ ਅਫਸਰ ਬਣਾਈ ਓਏ ਚੱਲੀਏ ਮੈਂ ਤੇ ਮਜ਼ਾਕ ਕਰ ਰਿਹਾ ਸੀ ਉਹ ਤੂੰ ਜੋ ਕਹੇਂਗੀ ਬਣਾ ਦੇਵਾਂਗੇ ਰੱਬ ਦਾ ਦਿੱਤਾ ਬਹੁਤ ਕੁਛ ਹੈ ਤੂੰ ਛੇਤੀ ਛੇਤੀ ਕੰਮ ਖਤਮ ਕਰ ਤੇ ਜੀਤੋ ਨੂੰ ਫੜ ਮੈਂ ਜਾਣਾ ਸ਼ਹਿਰ ਐ ਨਾ ਹੋਵੇ ਕਿ ਮੂਤ ਕੇ ਮੇਰੇ ਕੱਪੜੇ ਖਰਾਬ ਕਰ ਦੇ ਭੈਣ ਜੀ ਭੈਣ ਜੀ ਕੀ ਹੋਇਆ ਬਿਮਲਾ ਤੂੰ ਇੰਨੀ ਘਬਰਾਈ ਹੋਈ ਕਿਉਂ ਹੈ ਭੈਣ ਜੀ ਮੇਰੇ ਬੱਚੇ ਦੀ ਤਬੀਅਤ ਵਿਗੜ ਗਈ ਹੈ ਮੈਂ ਉਹਨੂੰ ਹਸਪਤਾਲ ਵਿੱਚ ਦਾਖਲ ਕਰਾ ਕੇ ਆਈ ਹਾਂ ਡਾਕਟਰ ਨੇ ਪਰਚੇ ਲਿਖ ਕੇ ਦਿੱਤੀ ਹੈ ਮੇਰੇ ਕੋਲ ਦਵਾਈ ਖਰੀਦਣ ਲਈ ਪੈਸੇ ਨਹੀਂ ਹੈ ਤੂੰ ਫਿਕਰ ਨਾ ਕਰ ਕੁੜੀਏ ਭਗਵਾਨ ਸਭ ਠੀਕ ਕਰੇਗਾ ਇੱਥੇ ਵਿਚਾਰੀ ਨਾਲ ਬੜਾ ਅਨਰਥ ਹੋਇਆ ਇੱਕ ਤਾਂ ਵਿਚਾਰੀ ਦੇ ਸਿਰ ਦਾ ਸਾਈ ਨਹੀਂ ਦੂਜਾ ਪੁੱਤਰ ਬਿਮਾਰ ਪਿਆ ਹੇ ਰੱਬ ਸੱਚਿਆ ਜਵਾਨੀ ਚ ਕਿਸੇ ਦੇ ਸਿਰ ਦਾ ਸਾਈ ਨਾ ਖੋਈ ਤੂੰ ਫਿਕਰ ਨਾ ਕਰ ਮੈਂ ਹਸਪਤਾਲ ਜਾ ਰਿਹਾ ਜੇ ਆਉਣੀ ਥੋੜੀ ਦੇਰ ਹੋ ਜਾਏ ਤੇ ਫਿਕਰ ਨਾ ਕਰੇ ਚੁੱਟ ਪਤਾ ਐ ਲੈ ਬੈਠ ਚੱਲ ਨਾ ਸਲਾਮ ਕਰਤਾਰੇ ਪ੍ਰਤਾਪੇ ਦੀ ਜੋੜੀ ਐਸ਼ ਹੋ ਰਹੀ ਹੈ ਵੱਡੇ ਹੁੰਦੇ ਚੌਧਰੀ ਸਾਹਿਬ ਐਸੀ ਐਸ਼ ਹੈ ਸਾਨੂੰ ਖਿਦਮਤ ਦਾ ਮੌਕਾ ਦਿਓ ਕੋ ਠੰਡਾ ਪਾਣੀ ਹੈ ਨਾ ਨਾ ਮੈਂ ਤਾਂ ਜਲਦੀ ਚਾਂ ਤੁਸੀਂ ਐਸ਼ ਕਰੋ ਅੱਛਾ ਜੀ ਅਸੀਂ ਕਿਹੜਾ ਨਾਈ ਪੇਚ ਕੇ ਬੁਲਵਾਇਆ ਸੀ ਐਸ਼ ਕਰੋ ਐਸ਼ ਕਰ ਰਹੇ ਜਿਵੇਂ ਸਾਲੇ ਨੇ ਮੁਰੱਬਾ ਜ਼ਮੀਨ ਦਾ ਦਾਨ ਕੀਤਾ ਸਾਡੀ ਜ਼ਮੀਨ ਚੋਂ ਮਾਲ ਕਮਾ ਕੇ ਲੋਕਾਂ ਨੂੰ ਵੰਡ ਕੇ ਆਪਣੀ ਵਾਵਾ ਕਰਨ ਦਾ ਫਿਰਦਾ ਕਟਾਰਿਆ ਐ ਚੰਨਨ ਸਿੰਘ ਜਦੋਂ ਵੀ ਮਿਲਦਾ ਹੈ ਨਾ ਬਲਦੀ ਤੇ ਤੇਲ ਪਾਉਣ ਦੀ ਗੱਲ ਕਰਦਾ ਹੈ ਓਏ ਤੂੰ ਤਾਂ ਐਵੇਂ ਗੁੱਸਾ ਕਰੀ ਜਾਣਾ ਹੈ ਉਹਨੇ ਸਰਸਰੀ ਗੱਲ ਕੀਤੀ ਹੈ ਸਾਨੂੰ ਕਦੇ ਪੈਸੇ ਦੀ ਲੋੜ ਪਏਗੀ ਅਸੀਂ ਉਸ ਤੋਂ ਮੰਗਾਂਗੇ ਉਹਨੇ ਕਿਹੜਾ ਨਾ ਕਰ ਦੇਣੀ ਹੈ ਓਏ ਕਰਤਾ ਰਿਹਾ ਤੈਨੂੰ ਪਤਾ ਹੈ ਜੱਟ ਮਰਦਾ ਮਰ ਜਾਊ ਪਰ ਕਿਸੇ ਅੱਗੇ ਹੱਥ ਨਹੀਂ ਅੱਡਦਾ ਮੈਨੂੰ ਤਾਂ ਬਸ ਇਹੀ ਪਤਾ ਬਈ ਜਿਹੜਾ ਬੰਦਾ ਸਾਡੀ ਸਾਰੀ ਜ਼ਮੀਨ ਆਪਣੇ ਕੋਲ ਕਹਿਨੇ ਰੱਖੀ ਬੈਠਾ ਹੋਵੇ ਤੇ ਸਾਨੂੰ ਲਾ ਕੇ ਕਵੇ ਐਸ਼ ਕਰ ਤੂੰ ਫੇਰਦਾ ਜਾ ਕਰਤਾ ਰਿਹਾ ਜੇ ਮੂੰਹ ਦੇ ਨਾਲ ਨਾਲ ਐਡਾ ਸਾਹ ਵੀ ਬੰਦ ਨਾ ਕਰਤਾ ਤੇ ਮੇਰਾ ਨਾਂ ਵੀ ਪੱਟਾ ਪਾ ਨਹੀਂ ਸਰਪੰਚ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ ਸੀ ਕੀ ਗੱਲ ਬੰਤਿਆ ਮੈਂ ਆਪਣੀ ਧੀ ਦੇ ਵਿਆਹ ਦੇ ਦਿਨ ਪੱਕੇ ਕਰ ਬੈਠੀ ਸੋਚਿਆ ਸੀ ਆਰਤੀ ਕੋਲੋਂ ਪੈਸੇ ਲੈ ਕੇ ਉਹਨੂੰ ਆਉਂਦੀ ਫਸਲ ਤੇ ਵਾਪਸ ਕਰ ਦਿਆਂਗਾ ਮਗਰ ਉਹਨੇ ਪੈਸੇ ਦੇਣ ਤੋਂ ਨਾ ਕਰ ਦਿੱਤੀ ਹੁਣ ਮੈਨੂੰ ਤੁਹਾਡੇ ਆਸਰਾ ਜੇ ਮਿਹਰਬਾਨੀ ਕਰਕੇ ਮੇਰੀ ਕਰਜ਼ ਪੂਰੀ ਕਰ ਦਿਓ ਉਹ ਸੀ ਘਬਰਾਉਣ ਵਾਲੀ ਕਿਹੜੀ ਗੱਲ ਧੀਆਂ ਸਾਂਝੀਆਂ ਆਉਂਦੀਆਂ ਤੂੰ ਕੁੜੀ ਦੇ ਵਿਆਹ ਦੀ ਤਿਆਰੀ ਕਰ ਤੇ ਜਿੰਨੇ ਪੈਸੇ ਚਾਹੀਦੇ ਹੋਣ ਕਰਵਾ ਕੇ ਲੈ ਜਾਈ ਬਹੁਤ ਅੱਛਾ ਮੈਂ ਛੇਤੀ ਜਾ ਅੱਛਾ ਜੀ ਤੂੰ ਆ ਜਾਈ ਲਾਣੇ ਦਾ ਵਾਸਤਾ ਦਾ ਉਹ ਪੈਗ ਖਿੱਚ ਤੇ ਮੈਂ ਤੈਨੂੰ ਖੁਸ਼ਖਬਰੀ ਸੁਣਾਵਾਂ ਖੁਸ਼ਖਬਰੀ ਉਹ ਪਹਿਲੇ ਪੈਗ ਤੇ ਖਿੱਚ ਮੈਂ ਆਪਣੇ ਵਕੀਲ ਦੋਸਤ ਤੋਂ ਸਾਰੇ ਕਾਗਜ਼ਾਤ ਤਿਆਰ ਕਰਾ ਕੇ ਲਿਆਇਆ ਬਸ ਹੁਣ ਚੰਨਨ ਸਿੰਘ ਦਾ ਅੰਗੂਠਾ ਲਗਨ ਦੀ ਦੇਰ ਹੈ ਤੇ ਆਪਣੀ ਜ਼ਮੀਨ ਵਾਪਸ ਚੰਨਨ ਸਿੰਘ ਕੋਲੋਂ ਅੰਗੂਠਾ ਕਿਵੇਂ ਲਵਾਵਾਂਗੇ ਉਹ ਕਰਤਾ ਰਿਹਾ ਪ੍ਰਤਾਪ ਵੀ ਕੋਈ ਕੱਚੀ ਗੋਲੀਆਂ ਨਹੀਂ ਖੇਡਿਆ ਮੈਂ ਉਹਨੂੰ ਆਪਣੇ ਪੁੱਤਰ ਦੀ ਲੋਹੜੀ ਦਾ ਸੱਦਾ ਦਿਆ ਬਸ ਹੁਣ ਤੂੰ ਇੱਕ ਕੰਮ ਕਰੀ ਉਹ ਕੀ ਗੱਲਾਂ ਗੱਲਾਂ ਵਿੱਚ ਉਹਦੇ ਪੈਗ ਵਿੱਚ ਜ਼ਹਿਰ ਦੀ ਪੁੜੀ ਪਾ ਦੇ ਨਹੀਂ ਨਹੀਂ ਯਾਰਾ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਤੇ ਫਿਰ ਖਾਕ ਛਾਂਡਾ ਫਿਰ ਪਿੰਡੀਆਂ ਗਲੀਆਂ ਦੀ ਲੋਕ ਤੇ ਯਾਰ ਦੀ ਖਾਤਰ ਆਪਣੀ ਜਾਨ ਲੁਟਾ ਦਿੰਦੇ ਨੇ ਤੂੰ ਯਾਰ ਨਾਲ ਮਿਲ ਕੇ ਕਿਸੇ ਦੀ ਜਾਨ ਵੀ ਨਹੀਂ ਲੈ ਸਕਦਾ ਕਿਉਂ ਨਹੀਂ ਲੈ ਸਕਦਾ ਲੈ ਸਕਣਾ ਓਏ ਮੈਂ ਤੇ ਚਾਹਣਾ ਕਿ ਸਾਡੀ ਜੂਨ ਸੁਧਰ ਜਾਏ ਪਰ ਤੂੰ ਤੇ ਗਿੱਦੜ ਤੋਂ ਵੀ ਗਿਆ ਗੁਜ਼ਰੇ ਦੇਖ ਪ੍ਰਤਾਪੇ ਤੂੰ ਮੈਨੂੰ ਮਿਲਣੇ ਨਾ ਮਾਰ ਜੇ ਤੂੰ ਕਵੇ ਮੈਂ ਹੁਣੇ ਚਾਨਣ ਦੀਆਂ ਗੁੱਡੀਆਂ ਕਮਾ ਦਵਾਂ ਵਾਦਾ ਪੱਕਾ ਵਾਦਾ ਜਿਸ ਸ਼ਰਾਬ ਵਿੱਚ ਭੋਲ ਕੇ ਅਸੀਂ ਸਾਰੀ ਜ਼ਮੀਨ ਪੀ ਗਏ ਹਾਂ ਹੁਣ ਵੇਖੀ ਉਹ ਸ਼ਰਾਬ ਕੀ ਰੰਗ ਲਾਉਂਦੀ ਹੈ ਮੈਂ ਕਿਹਾ ਜੀ ਤੁਸੀਂ ਜਾ ਤੇ ਰਹੇ ਹੋ ਪ੍ਰਤਾਪੇ ਦੇ ਪੁੱਤਰ ਸ਼ੇਰੇ ਨੂੰ ਲੋਹੜੀ ਦਾ ਕੀ ਤੋਹਫਾ ਦੇ ਰਹੇ ਹੋ ਤੇ ਜੋ ਤੋਹਫਾ ਤਾਂ ਮੈਂ ਬੜਾ ਵੱਡਾ ਦੇ ਰਿਹਾ ਪਰ ਮੈਨੂੰ ਵੀ ਤੇ ਪਤਾ ਲੱਗੇ ਤੁਸੀਂ ਕੀ ਤੋਹਫਾ ਦੇ ਰਹੇ ਹੋ ਇਹ ਮੇਰੇ ਦੋ ਯਾਰ ਹਨ ਪ੍ਰਤਾਪਾ ਤੇ ਕਰਤਾਰਾ ਇਹਨਾਂ ਨੇ ਜ਼ਮੀਨਾਂ ਤੇ ਮਜਬੂਰੀ ਗਿਰਵੀ ਪਾ ਦਿੱਤੀਆਂ ਹੁਣ ਮੈਂ ਜਦੋਂ ਵੇਖਣਾ ਨਾ ਮੇਰੇ ਦਿਲ 'ਚ ਇੱਕ ਆਵਾਜ਼ ਆਉਂਦੀ ਮੈਂ ਚਾਹੁੰਦਾ ਉਹਦੇ ਪੁੱਤਰ ਦੀ ਪਹਿਲੀ ਲੋਹੜੀ ਹੈ ਤੇ
क्यों ना तोहफे तौर ते जमीन वापस कर दे, हौले हौले वाई करके पैसे वापस कर देंगे। ऐ ते तुसी बड़ा ही चंगा करोगे, पर देखो छेती जाओ ते छेती वापस आओ, मैं तुहाडे वास्ते रोटी पका के रखांगी ते इकट्ठे बैठ के खावांगे। जीता पुत्र सुत्ता पिया जे ते कल्ली दा मेरा बिल्कुल दिल नहीं जे लगना। दिल ते मैं तेरा ला देंगा तेजो। लगदा किसे बुड्ढे नूं उतों बुलावा आ पुत्तर हो रहे। ऐदा ना को, मैनूं बड़ा डर लगदा जी। तेजो जिहदी मौत आई है वो तो जाएगा ही। चंगा कुर्सी दे भाई। हाँ ठीक है यार, साफ कर दवा कपड़े मैं दे बनेंगे। कमाल, आओ बैठो बैठो शाजी। अरे ऐ ना करे यार, यार तुसी ते हांड दे बंदे हो। ओ पैट्टे बना भाई। हां जी गल सुन, मैं पहले काके नु तोहफा देवा। ओ तोहफा आ जाएगा शाजी, पहले तुसी पैट्टे पियो। भाई जेड़े काम आया ओ ते कर लो। ओ शाजी सब तो जरूरी काम है जे, तुहाडे ता साडे ते बहुत एहसान ने, अभी ता दब्बे पए हैं शाजी। हां जी हां, और इनु तुसी प्रसाद समझ के इको डिश पी जाओ। काके दी उम्र, काके दी उम्र वास्ते। ओ बनावे जूजा पैग। ओ यारा तू हुक्म कर। चल भाई भाई देख यार प्रताप, मैं तनु पता ज्यादा दारू पीना नहीं, घर तेरी भरजाई बैठी होनी है खाना बना के। ओ उस्ताद जी एक पैकेज की हो जाना। ओ यार एक करके 10 हो जाने ना, और बस भी करो ना यार। मैं कह रहा हूं एक पैक पी लो तुसी। ओ ले आ भाई देना। हां जी ले आ बादशाह, हाजिर करना होने। देखो यार जी करना इतना करो, आपको थोड़ी भरजाई नाराज है। शाह जी भरजाई जी को मैं माफी मांग लवांगा। ओ यार ऐ तुसी पैक पी लो मेरी वलो, पहला पीता तुसी ओदी वलो, ऐ मेरे कह तो। अच्छा इस तरह करने हैं। हां जी असि तीनों वंड ले। ना 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 ਫਾਡੇ ਮਾਚ ਅਸੀਂ ਕਿਵੇਂ ਵੰਡ ਪਾ ਸਕਨੇ ਆ, ਐ ਸਿਰਫ ਤੁਹਾਡੇ ਵਾਸਤੇ। ਸਾਡਾ ਜੀ ਕੋਈ ਯਾਰ ਇੱਥੇ ਮੈਂ ਕਹਿਣਾ, ਇਹਨੇ ਪਿਆਰ ਨਾਲ ਕਹਿ ਰਿਹਾ ਇੱਕ ਬੈਕ ਪੀ ਲਓ। ਸਾਡਾ ਦਿਲ ਯਾਰ ਪਿਆਰ ਨਾਲ ਤਾਂ ਮੈਂ ਜ਼ਹਿਰ ਪੀਣ ਨੂੰ ਹੀ ਤਿਆਰ ਆ, ਪਰ ਤੁਸੀਂ ਉਹ ਸ਼ਾਹ ਜੀ ਫਿਰ ਜ਼ਹਿਰ ਸਮਝ ਕੇ ਪੀ ਲਓ। ਆਹੋ ਚਲੋ ਗੱਲ ਹੈ ਕੋਈ ਨਹੀਂ। ਲਓ ਜੀ ਲਓ ਜੀ ਲਓ। ਹਾਂਜੀ ਵਾਹ ਵਾਹ ਸੇਰਾ ਮੰਗ बापू आन वाला है पुत्र। जो
जो तू करे क्यों नहीं सोचदा विचारदा रब्बा जो तू करे क्यों नहीं सोचदा विचारदा होवी ना जवानी बिच गंत किसे ना सारे पिंड वालों का बहुत आभारी हाँ कि तुसी सारे ने मैनू सरसम्मति नाल इस पिंड का सरपंच चुनिया। ले भाई करतार जिया सरपंच तो तू हुण बन गया पर तेनू तो मनिए भाई साडी पिट्ठ ना लगन दे। ए अमली ठीक कहंदा सरपंच साहब चन्नन सिंह तो मगरों किन्ने सरपंच बने पर कोई भी वह काम नहीं कर सकिया जिन्ना वधिया काम चन्नन सिंह ने किया। हुण तुसी इहो जिहा काम करियो तां जाणीए। भाई वेख अमलिया मैं वादा करना कि मैं इस पिंड दी तन मन तन नाल सेवा करांगा और इन पिंड वालियां दी जान माल इज्जत आबरू दा रखवाला बन के रहांगा। रब दे वास्ते मैनू जान दे शेरा मैनू जान दे। जान दिया तेनू ते जान नासू मैं केड़ा तेनू हाथ लाया तू अपने मैनू बावा ही लैके अपने सावा का सेब दे रही है हम दस मैं की मैनू जान दे तू मेरी इज्जत नहीं।
कोई गल नहीं, जे मैं शेरे नूं सारे पिंड विच बेइज्जत ना कीता तां उह वी की जाणू। मैं सरपंच कोल जाके इंसाफ मंगांगा। मैं मन ना कर मियां, तेरे नाल जो कुछ भी होया बहुत बुरा होया है, अनर्थ होया है। जे इहो जी गल मेरे नाल हुंदी तां मैं भी शायद तेरी वांगू पागल हो गया हुंदा। पर पुत्तर है दस, शेरे दा मुंह काला करन नाल तेरी भैन दी लुटी हुई इज्जत वापस आ सकती है? पुत्तर ओ नहीं हो सकता, बल्कि सारे पिंड विच थोड़ा खानदान पंडिया जाएगा, तेरी भैन पंडी जाएगी, वो जिंदगी भर कुंवारी बैठी रहेगी, वो दे साख वास्ते कोई अगे नहीं आएगा पुत्र, कोई अगे नहीं आएगा। जे मेरी गल मने तो तू जहर का कौड़ा कुट पड़ के इस गल नूं इत्थे ठप दे। इहदे च तेरी भलाई है, इहदे च तेरी भैन की भलाई है पुत्र। मैं थोड़ी गल समझा सरपंच साहब, मैं गरीब जरूर हाँ, लेकिन शेरे ने जिहड़ी अग मेरे कालजे विच लाई आ उह सारी जिंदगी नहीं बुझेगी। जिस दिन शेरा मेरी धार थले आ गया, जे दातड़ वांगू चित के ना रखता तां मेरा ना भी करवा नहीं। बापू किथे चलिए? गुड्डो बापू मैं मजा नूं पट्ठे पा के ते गोआ पथन चलिया, वीर आवे तां उहनूं कहना आपे रोटी खा ले। ठीक है। मैं क्या प्रताप? ओ आ भाई करता रहा, हाँ। आ भाई करता रहा, सुना की हाल है? ठीक है, बैठ जा, बिल्कुल ठीक है। यार प्रताप, हाँ। एक गल सी, मैं सोचा करी लवा। हाँ हाँ दस ना की गल है। ओ यार अपना पुत्र शेरा कुछ बहुत ज्यादती कर रहा आजकल, ओदियां काफी शिकायत आ चुकी ने। कैसी शिकायत भाई? ओ यार उन्हें हुन करमे दी भैन दी इज्जत नूं हत्थ पाता। हुन वेख मैं सरपंच हां, मेरी भी जिम्मेदारी है, ये मामला पंचायत जाएगा, जो पंच फैसला करेंगे मैं मनना पड़ेगा। कल थाने तक जाओगी, पिंड वाले ओदा मुंह काला करके सारे पिंड विच ओदा जुलूस कढ़णगे, ओ तैनूं बहुत पैड़ा लगेगा, आखिर तेरी भी इज्जत दा सवाल है, और फिर तू भी एक जवान धी का प्यो है, ऐ ना भुले। यार मेरा ख्याल है तू शेरे नूं समझा। ठीक है मैं समझा देंगा उन्हें। यार देख बुरा ना मनी, मैं अपना बच्चा समझ गल की थी। नहीं बापू वेख मेरे नाल चलाकी ना कोट, वो करतार सिंह ने मैनू सारी गल दस्सती है। देख बापू ओ साडे खेतां च छलियां तोड़ रही सी, मैं उन्हें मना किया, सौ चमचे पुछ लो चमचे। हाँ बिल्कुल मालको। ओ तू चुप रहा है। चंगा जी। ओ बापू मैं माड़ा जहा हाथ की फड़िया उन्हें रोकने लिए, उन्हें चीखा मारनिया शुरू कर दिया, सौ चमचे और कुछ नहीं किया। सही गल है मालको, आ चश्मे दी गवाह थोड़े कोल बैठा है, इन्होंने माड़ा जहा हाथ का लाता, वह सूई भी गिदड़ी मांगर चिंगाड़ा मारन लग गया खमीज के। हाँ ठीक है, पर मैनू तेरा कोई उलांबा नहीं चाहिए। ठीक है बापू मैं तो गलती हो गई, अगर तू कोई चलिया तोड़ेगी मैं कहूंगा होर तोड़ होर तोड़ होर। नहीं काका ये गल नहीं है। हाँ मेरा मतलब है जरा होशियारी नाल काम कीता करना। बापू होशियारी नाल। बापू मैं चलना गुदा गुड्डो किथे? बापू गोआ पथन गई हुई है। मैं भी चलना फिर। इस तरह कर छाबे च रोटी ले ले खा ले ते फिर खूते जाए। चल मैं भी लाम तक जाना। हां वो तो इंतजाम ही हो जाएगा, तू जाके आ जा। की हो गया तेनू भैणे, ते तू की कीता? वीरे मैं तेरे मथे का कलंक बन के लोगों दी नजर चमकना नहीं सी चाहती, ताकि लोग मेरे वाल उंगलां चाक के कहन करमे दी भैन दे आबरू हो गए, एक कोई चीज तेरी बदनामी बचा सकती सी, ओह सी मेरी मौत। सुनिए डर पैग जी नजर आ रही है, पी जाना तेन।
तेनू जिंदा नहीं छड्डांगा, नहीं छड्डांगा, तेनू नहीं छड्डांगा, अज तेनू मैं नहीं छड्डांगा। तेरे ते मेरे कई दिन की अख सी, बथेरा खा पी लिया तू, हूं तो मैं खाऊ तेनू मसाले ला के। बंतिए निकल जा पतली मोरी थाली, किते चोरां नू मोरां वाली गल ना हो जाए। लड्डू खा के चवारे विचों निकली ते मक्खियां ने पैड़ कढ ली। हैं, ये बंती किवें छापड़ी जी तुरी आउंदी है, कोई गड़बड़ जरूर है। चोरी ते चोरी दा खट्टा तां इह खांदी है, ताइयों तक तक व्याही नहीं गई। मैनू भी ब्याह दे लारे ला ला के अधखड़ा करता, पर मेरा नाम भी मेरू है, कर दे आ सुराग। बगल छोरी मैं भूआ आ बगल की कोई फिर साग है, कहिंदी साग है, ते अंदरों आवाज आ रही है मुर्गे दी, खोल दे दी पोल। मेरा मुर्गा गुम हो गया, मैं उन्हें पालता फिरदा है। मुर्गा? हाँ, तेरा तो कच्चे लोग ही फिरती हैं, ले आओ रे। वे मैं तो इन्हें जोड़ जो गया, तेरे कारी छड़न आ रही थी। छड़न आ रही थी। और की, उधर मेरे घर आल तुरिया फिरदा थी, पैदल ही। मैं क्या है, पुछ चाक के तेरे कार छड़ा, पैदल चलता चलता थक जूगा। थक ना जाऊगा। वे जोड़ जो गया, मैं तो तेरी पिचोलन बनना है, कोई माड़ी मोटी गल थोड़ी है। ਸਾਹ ਆਪਣੇ ਕੁੱਕੜ ਨੂੰ, ਮੈਂ ਚੱਲੀ ਹੁਣ। ਵਾਹ ਓਏ ਮੇਰੂਆ, ਇਹ ਲੋਕਾਂ ਨੂੰ ਬੇਵਕੂਫ ਬਣਾਉਂਦੀ ਹੈ ਤੇ ਮੈਂ ਉਹਨੂੰ ਬੇਵਕੂਫ ਬਣਾਤਾ। ਓਏ ਵਾਹ ਕੁੱਕੜਾ, ਤੂੰ ਜੰਮਿਆ ਜਦੋਂ ਮਰਜ਼ੀ ਹੋਵੇਂ, ਪਰ ਤੂੰ ਮੇਰੇ ਪਤੀਲੇ ਚ ਰਹਿਣਾ ਸੀ। ਚੱਲ ਤੇਰਾ ਪਤੀਲੇ ਚ ਰਹਿਣਾ। ਮਰ ਜਾਣਾ ਥੇ ਹੋਣਾ, ਇਹਨੂੰ ਚੰਦਰੇ ਨੂੰ ਵੀ ਐਨ ਬੱਤੇ ਮੁਰਗਾ ਖੋਣਾ ਸੀ, ਡੋਬਾ ਪੈ ਜਾਣ ਚੰਦਰੇ ਨੂੰ। ਬੰਤੀਏ ਮੇਰਾ ਮੁਰਗਾ ਵੇਖਿਆ? ਹਾਂ ਦੇਖਿਆ। ਨਾ ਨਾ, ਮੈਂ ਕਿੱਥੇ ਦੇਖਿਆ ਤੇਰਾ ਮੁਰਗਾ? ਨਹੀਂ ਵੇਖਿਆ। ਨਾ ना गल सुन बंतिए, तू तो सारे पिंड नूं अपनियां उंगलियां ते नचाउनी फिरनी है, ना अज तां मेरू तैनूं नचा गया। लैनी है टुट पैण दी खैर जाके। खाण मुर्गे ते पीण शराबा, खाण मुर्गे, खाण मुर्गे ते पीण शराबा, ते पुत चौकीदारा दे बल्लिया बल्लिया, मुर्गा बगाना सी रिज चलिया। कोई नी भाई, रिजी चल, रिजी चल, हले मैं दो चार पैग होर पीने है, मैनू तेरे ते तसल्ली है, हुन तू भज नहीं सकदा। मैं दसा बच्चू, ना मैनू चार दे, बंती दा बुद्धू बनाउणा। वे मैं ता पा दूं पिंड च तमचड़ी, पा दूं रौला भी चोरी दा मुर्गा बना के खा रिया। मैं क्या चोरी तू कीती सी? मैं नहीं कीती, ते मैं ता तेथों मुर्गा खोया सी। नाले गल सुन, हुन मुर्गा छिलिया गया, पतीले च पै गया, ते हुन ता रिज रिहा है, हुन क्यों रौला पाउणी है? आपां दोने मिल मिला के खा लैने आ। चल आ भी ठीक है। हाँ। चल फिर मर परा, उठे बह जाके मैं बनाउनी आ। चल ठीक है, दो बुरकिया तू खा लेंगी, की फर्क पैंदा, मैं तो सारा खादा जाना सी। मेरुआ, मैं बनाउनी आ मुर्गा। अच्छा। मैं ता तैनू पता है बहुत सोहना कुक्कड़ बनाउनी आ ना। अच्छा। सुख नाल पहला भी कई बारी बना के खा चुकी आ। ओ भी चोरी दे होना है। कमले आ, खाण पीण दीआं चीजां च काहदी चोरी? मैं क्या, हुण तू बारिया गल्लां ना मार, ते फटाफट पका दे। हुण मेरी जीभ चो लाला भी डिगण लग पईआं, ते मेरे ढिड च चूहे भी दौण लग गए। लै मिंटां च बणिआ ही लै, बंती दे हत्थ दा कुक्कड़ बणिआ खा के ते उंगलां ही चटदा रहेगा। ओ किते सुकिआ ही ना उंगलां चटी जावां।
ਫੜ ਆਪਣਾ ਕੁੱਕਰ ਤੇ ਮੈਂ ਚੱਲੀ ਮੈਨੂੰ ਤਾਂ ਇੱਕ ਕੰਮ ਯਾਦ ਆ ਗਿਆ ਸੱਚ ਬੜਾ ਮੋਟਾ ਖਾ ਲੈਂਦੀ ਵੇ ਕਾਨੂੰ ਮੇਰਾ ਤਾਂ ਸਵਾਦ ਨਾਲ ਹੀ ਢਿੱਡ ਭਰ ਗਿਆ ਤੂੰ ਖਾ ਕੱਲਾ ਕੁੱਕੜ ਆਪਣਾ ਤੇ ਮੈਂ ਚੱਲੀ ਚਲ ਖੈਰ ਕੋਈ ਸਾਪੇ ਹੀ ਯਾਦ ਆ ਗਿਆ ਹੁਣ ਮੈਂ ਕਿਹਾ ਬਾਈ ਲੈ ਹੁਣ ਨਾ ਬੋਲੀ ਜਿਵੇਂ ਕੱਛ ਚ ਬੋਲਦਾ ਸੀ ਹੁਣ ਤੂੰ ਪੱਕ ਗਿਆ ਮੈਂ ਦੱਸਾਂ ਹੁਣ ਨਾ ਬੋਲੀ ਮੈਨੂੰ ਦੇਖ ਲੈਣ ਦੇ ਮਾੜਾ ਜਿਹਾ ਉਹ ਬੱਲੇ ਮੈਂ ਕਿਹਾ ਕੀ ਜਾੜਿਆ ਅੱਜ ਓਏ ਬਾਈ ਕੋਈ ਗਾਜਰਾਂ ਮੂਲੀਆਂ ਨਹੀਂ ਜਿਹੜੀਆਂ ਖੇਤ ਮੁਸ ਪਟ ਕੇ ਚਾੜੀਆਂ ਹੋਣਗੀਆਂ ਇਹ ਮੁਰਗਾ ਮੁਰਗਾ ਉਹ ਬੱਲੇ ਤਾਂਹੀਓ ਤੇ ਮੈਂ ਸੋਚਦਾ ਕਿ ਮੇਰੂ ਦੇ ਘਰ ਵੱਲੋਂ ਬੜੀਆਂ ਖੁਸ਼ਬੂਦਾਰ ਡਾਟਾਂ ਆ ਰਹੀਆਂ ਨੇ ਤਾਂ ਹੋਵੇ ਨਾ ਹੋਵੇ ਜ਼ਰੂਰ ਕੋਈ ਮਸਾਲੇ ਵਾਲੀ ਚੀਜ਼ ਬਣਾਈ ਹੋਣੀਆਂ ਚੱਲ ਪਾ ਹੁਣ ਸਵਾਦ ਤਾਂ ਦੇਖੀਏ ਪਹਿਲਾਂ ਤੂੰ ਅੰਦਰੋਂ ਚੱਕ ਕੇ ਲਿਆ ਉਹ ਮਾਂ ਦੀ ਸ਼ੇਰਨੀ ਜਿਹੜੀ ਮੇਰੀ ਰੱਖੀ ਆ ਉਹ ਦੂਜੀ ਅੰਦਰੋਂ ਲਿਆਉਣ ਦੀ ਕੀ ਲੋੜ ਆ ਆਪਾਂ ਮਰੇ ਹੋਏ ਆ ਲੈ ਮੈਂ ਤਾਂ ਪਹਿਲਾਂ ਹੀ ਘਰੋਂ ਡੱਬ ਚ ਬੋਤਲ ਪਾ ਕੇ ਆਇਆ ਬੱਲੇ ਬਾਈ ਤੇਰੇ ਮੰਨ ਗਏ ਲੈ ਹੁਣ ਐ ਕਰ ਪਹਿਲਾਂ ਮੂੰਹ ਸਰੂਣਾ ਕਰ ਲਈਏ ਆਪਾਂ ਚੰਗਾ ਲੱਗਦਾ ਮੁਰਗਾ ਤਾਂ ਪਤੀਲੇ ਦੇ ਵਿੱਚੋਂ ਹੀ ਘੁਲ ਗਿਆ ਉਹ ਹੱਡੀਆਂ ਤੋਂ ਮਾਂ ਚੂਣ ਗਈ ਤਾਂ ਉਹ ਮੈਨੂੰ ਕਹਿੰਦੀ ਸੀ ਮੈਂ ਤਾਂ ਨਾ ਸਵਾ ਸਵਾ ਚ ਹੀ ਰੱਜ ਗਈ ਤੇ ਮੈਂ ਚੱਲੀ ਆ ਉਹ ਇਹਦੇ ਲਾਏ ਤਾਂ ਦਰਖਤ ਨੀ ਹਰੇ ਹੋਏ ਤੇ ਹੱਡੀਆਂ ਤੇ ਮਾਸ ਕਿਵੇਂ ਰਹਿ ਜੂਗਾ ਮੇਰਾ ਸਾਰਾ ਮੂੜੀ ਚੜਾ ਚੌਧ ਹੋ ਗਿਆ ਚੱਲ ਚੱਲੀਏ ਬਾਈ ਹੁਣ ਆਪਾਂ ਪੱਤੋ ਕੋਲੇ ਚੱਲਦੇ ਹਾਂ ਤੇ ਉੱਥੇ ਅੱਖਾਂ ਤਤੀਆ ਕਰਾਂਗੇ ਫਿਰ ਗਾਂ ਪੀਣ ਪੂਣ ਦਾ ਪ੍ਰੋਗਰਾਮ ਬਣਾਵਾਂਗੇ ਚੱਲ ਚੱਲੀਏ ਬਾਈ ਚੱਲ ਚੱਲ ਅਸੀਂ ਦਾਰੂ ਪੀ ਕੇ ਫਕਰੇ ਬੁਲਾਉਣੇ ਓਏ ਕਿਹੜਾ ਜਿਹੜਾ ਸਾਡੀ ਤੰਗ ਭੰਨ ਦੂ ਬਾਈ ਧੋਖੇ ਸੀ ਜਾ ਅੱਜ ਇਹਦਾ ਗੱਲ ਕਰ ਹੀ ਲੈਣੇ ਆ ਜਾਂ ਉਸ ਪਾਸੇ ਜਾਂ ਇਸ ਪਾਸੇ ਫੇਰ ਦੇਖਦੇ ਆ ਫਤੋ ਕੀ ਗੱਲ ਹੈ ਮੈਂ ਤੇਰੇ ਨਾਲ ਗੱਲ ਕਰਨੀ ਹੈ ਛੇਤੀ ਕਰ ਤੈਨੂੰ ਦੇਖ ਕੇ ਨਾ ਮੇਰਾ ਦਿਲ ਘਉ ਮਾਉ ਕਰਦਾ ਰਹਿੰਦਾ ਵੇ ਤੇਰੇ ਜੇ 36 ਆਸ਼ਿਕ ਫਿਰਦੇ ਆ ਫਤੋ ਦੇ ਅੱਗੇ ਪਿੱਛੇ ਅੱਛਾ ਤੂੰ ਪੀਤੀ ਹੋਈ ਹੈ ਉਦੋਂ ਮੈਂ ਤੇਰੇ ਵਿਛੋੜੇ ਹੀ ਪੀਤੀ ਹੈ ਜੇ ਤੂੰ ਮੈਨੂੰ ਮਿਲ ਜਾਏਗੀ ਫਿਰ ਮੈਂ ਕਰੂੰ ਪੀਆ ਕਰੂੰਗਾ ਚਲੋ ਇਹ ਕਮਰਾ ਕਿਤੋਂ ਦਾ ਤੈਂ ਤਾਂ ਸਾਰੀ ਜ਼ਿੰਦਗੀ ਦਾਰੂ ਪੀ ਪੀ ਕੇ ਛੜੇ ਦਾ ਛੜਾ ਹੀ ਰਹਿਣਾ ਓ ਮੈਨੂੰ ਛੜਾ ਪਤਾ ਨਹੀਂ ਕਿਵੇਂ ਕਹੇਗੀ ਓਏ ਛੜੇ ਨੂੰ ਛੜਾ ਨਾ ਕਹਿੰਦੀ ਤਾਂ ਹੋਰ ਕੀ ਕਹਿੰਦੀ ਓਏ ਕਿਉਂ ਜਗਮਾ ਤੇ ਲੂਣ ਛਿੜਕਦਾ ਓਏ ਮੈਂ ਸੱਚ ਕਹਿਣਾ ਉਧਰ ਦੇਖ ਓ ਲੋਕਾਂ ਦੀਆਂ ਚੱਕ ਤੈਨੂੰ ਭੰਗੜਾ ਮੈਂ ਪਾਵਾਂਗਾ ਜੇ ਤੂੰ ਫਸ
ਖਾਵਾਂਗਾ। ਚੱਲ ਹਸਮੁਨ ਖਾਣੇ। ਹਾਏ ਮਰ ਗਿਆ, ਤੇਰੇ ਬਿਨਾਂ ਕਿਸੇ ਤੋਂ ਵੀ ਜੁੱਤੀਆਂ ਨਾ ਖਾਵਾਂਗਾ, ਜੁੱਤੀਆਂ ਨਾ ਖਾਵਾਂਗਾ, ਜੁੱਤੀਆਂ ਨਾ ਖਾਵਾਂਗਾ, ਜੁੱਤੀਆਂ ਨਾ ਖਾਵਾਂਗਾ। ਆਓ ਜੱਫੀ ਪਾ ਕੇ ਰੋਈਏ, ਮੇਰੇ ਪੁੱਤਰ ਦੀ ਚਿੱਠੀ ਆਈ ਹੋਣੀ ਹੈ। ਐ ਤੇ ਮੇਰੇ ਲਾਲ ਦੀ ਚਿੱਠੀ ਹੈ। ਮੈਂ ਕਿਹਾ ਜੀ ਜੀਤੇ ਦੇ ਬਾਪੂ, ਦੇਖ ਜੀਤੇ ਦੀ ਚਿੱਠੀ ਆਈ ਹੈ, ਪੜ੍ਹ ਲਿਖ ਕੇ ਘਰ ਵਾਪਸ ਆ ਰਿਹਾ। ਤੁਸੀਂ ਕਿਹਾ ਸੀ ਨਾ ਮੇਰੇ ਪੁੱਤਰ ਨੂੰ ਪਿਓ ਦੀ ਕਮੀ ਨਾ ਮਹਿਸੂਸ ਹੋਣ ਦੀ। ਮੈਂ ਮਾਂ ਤੇ ਪਿਓ ਦੀ ਕੋਈ ਵੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਦੇਖੋ ਡੈਡੀ, ਮੈਂ 17 ਤਰੀਕ ਨੂੰ ਘਰ ਵਾਪਸ ਆ ਰਹੀ ਹਾਂ। ਪਿੰਕੀ, ਸਰਪੰਚ ਜੀ ਚਿੱਠੀ। ਓਏ ਹਿਟਲਰਾ, ਓਏ ਹਿਟਲਰਾ। ਹਾਂਜੀ। ਓਏ ਇੱਧਰ ਆ। ਓਏ ਬਾਹਰ ਡਾਕੀਆ ਵਾਜਾ ਮਾਰਨ ਡਿਆ, ਉੱਥੋਂ ਚਿੱਠੀ ਲੈ ਕੇ ਆ। ਅੱਛਾ ਜੀ, ਜਾ। ਇਹ ਚਿੱਠੀ ਮੇਰੀ ਲਾਡਲੀ ਤੀ ਪਿੰਕੀ ਦੀ ਹੋਣੀ ਹੈ। ਮੋਈ ਨੇ ਪੈਸੇ ਪੂਸੇ ਮੰਗਵਾਏ ਹੋਣੇ ਨੇ, ਹੋਰ ਉਹਨੇ ਕੀ ਕਰਨਾ ਉੱਥੇ ਰਹਿ ਕੇ। ਐਨਕ ਮੇਰੇ ਪਿਆਰੇ ਮਾਤਾ ਜੀ, ਉਹ ਮੈਂ ਪਿੰਕੀ ਵਾਸਤੇ ਮਾਤਾ ਜੀ ਕਦੋਂ ਦਾ ਹੋ ਗਿਆ। ਜੀਤਾ ਕੀ ਲਿਖਿਆ ਜੀਤੇ ਨੇ, ਮੈਂ ਪਿੰਡ ਆ ਰਿਹਾ, ਤੂੰ ਕੀ ਕਰੀਏ ਤੇਰੇ ਵਾਸਤੇ ਬਾਜੇ ਬਜਵਾਈਏ। ਹੈਂ, ਪਿੰਡ ਆ ਰਿਹਾ ਹੈ ਜੀਤਾ। ਫਿਰ ਮਿਲਾਂਗੇ। ਹਾਈ ਮਰ ਗਿਆ। ਰਾਮਗੜ ਪਿੰਡੂ ਜਾਂਦਾ। ਆਹੋ, ਤੂੰ ਕਿਹਦੇ ਘਰ ਜਾਣਾ? ਮੈਂ ਤਾਂ ਆਪਣੇ ਘਰ ਜਾਣਾ। ਤਾਂ ਫਿਰ ਜਾ। ਜਾਵਾ? ਮਾਂ ਜੀਤੇ ਪੁੱਤਰ, ਜਿੰਦਾ ਰਹਿ ਪੁੱਤਰ, ਸੁਖੀ ਰਹਿ ਮੇਰੇ ਨਾਲ, ਸੁਖੀ ਰਹਿ। ਮਾਂ, ਤੇਰੇ ਅੱਖਾਂ ਚ ਹੰਝੂ। ਚੰਦਰੀ ਪੜਾਈ ਵੀ ਕੀ ਚੀਜ਼ ਹੈ, ਆਪਣੇ ਪੁੱਤਰ ਦਾ ਰਸਤਾ ਦੇਖਦੇ ਦੇਖਦੇ ਅੱਖਾਂ ਪੱਕ ਗਈਆਂ। ਮਾਂ, ਤੇਰਾ ਪੁੱਤਰ ਫਸਟ ਡਿਵੀਜ਼ਨ ਚ ਐਗਰੀਕਲਚਰ ਦਾ ਡਿਪਲੋਮਾ ਕਰਕੇ ਆਇਆ, ਕੋਈ ਮਾੜੀ ਮੋਟੀ ਗੱਲ ਨਹੀਂ। ਮੈਂ ਵੀ ਇਹ ਵੀ ਚਾਹੁੰਦੀ ਹਾਂ ਪੁੱਤਰ, ਤੂੰ ਸ਼ਹਿਰ ਵਿੱਚ ਚੰਗੀ ਜਿਹੀ ਕੋਈ ਨੌਕਰੀ ਦੇਖ ਲੈ, ਸਵੇਰੇ ਜਾਏ ਤੇ ਸ਼ਾਮ ਨੂੰ ਵਾਪਸ ਆ ਜਾਏ, ਛੁੱਟੀ ਵਾਲੇ ਦਿਨ ਤੂੰ ਆਪਣੀਆਂ ਜ਼ਮੀਨਾਂ ਸੰਭਾਲੇ। ਹੁਣ ਤਾਂ ਮੈਂ ਥੱਕ ਗਈ ਹਾਂ ਕੰਮ ਕਰਕੇ ਪੁੱਤਰ। ਮਾਂ, ਮੈਂ ਤਾਂ ਤੈਨੂੰ ਕਹਿੰਦਾ ਸੀ ਜਿੰਨਾ ਚਿਰ ਮੇਰੀ ਪੜ੍ਹਾਈ ਖਤਮ ਨਹੀਂ ਹੁੰਦੀ ਤੂੰ ਜ਼ਮੀਨਾਂ ਠੇਕੇ ਤੇ ਦੇ ਕੇ ਮੇਰੇ ਕੋਲ ਆ ਜਾ। ਜੇ ਕਿਸੇ ਨੂੰ ਇੱਥੇ 2 ਵਾਰੇ ਜ਼ਮੀਨ ਵਾਹ ਨੂੰ ਦੇ ਦਈਏ ਨਾ, ਉਹ ਦੱਬ ਹੀ ਲੈਂਦਾ। ਹੁਣ ਮੈਂ ਆ ਗਿਆ ਮਾਂ, ਹੁਣ ਮੈਂ ਆਪ ਖੇਤੀ ਕਰਾਂਗਾ, ਕਿਸੇ ਨੂੰ ਠੇਕੇ ਤੇ ਦੇਣ ਦੀ ਲੋੜ ਨਹੀਂ। ਪੁੱਤਰ, ਤੂੰ ਕਾਹਨੂੰ ਮਿੱਟੀ 'ਚ ਮਿੱਟੀ ਹੋਣਾ, ਤੂੰ ਆਪਣੀ ਨੌਕਰੀ ਕਰ। ਮਾਂ, ਮੈਂ ਵੀ ਤਾਂ ਐਗਰੀਕਲਚਰ ਦਾ ਡਿਪਲੋਮਾ ਕਰਕੇ ਆਇਆ, ਹੁਣ ਵੇਖੀ ਤੇਰੇ ਪੁੱਤਰ ਦੀ ਪੜ੍ਹਾਈ ਸਿਟੀਆਂ 'ਚ ਕੀ ਗੁਲ ਖਿਲਾਉਂਦੀ ਹੈ। ਪੁੱਤਰ, ਤੂੰ ਬਾਹਰੋਂ ਪੜ੍ਹ ਲਿਖ ਕੇ ਆਇਆ, ਜੋ ਤੇਰਾ ਦਿਲ ਕਰੇ ਸੋ ਤੂੰ ਕਰ। ਰੁਕ ਜਾ,
वे मैनू वाज दिती आ। मैं क्या जी, मैं थानू क्यों कह सकता, मैं तो अपने आप नू कह रहा सी। की गल है जी, तुसी की वेख रहे हो जी? वे गल सुन, तू ओई मुंडा ते नहीं जेड़ा मैं तो पिंडारा पूछ रहा सी? हाँ ओही। हाँ क्यों, इन्नी छेती भुल गई है? ओदो ता तू बड़ा ही सोना लगदा सी, पेंट पुंट जी पा के। आज सोना नहीं लगदा, मेहनत कर दे वे। हाँ लगदा वा। मेहरबानी जी। वे तू मैंने जी कानू कहना, मैं तेनु कोई मास्टरानी नजर आंदी आ? ओ नहीं बाबा, मैं तेनु जी नहीं कहंदा। वे तू मैंने बाबा कानू कहना? ओ छड़ दे इन गल्लां नू, तू ए दस तेरा नाम की है? मेरा नाम हैगा कुट्टो। बड़ा सोना नाम है तेरा। चंगा मैं चलदी हां, वीरा इंतजार करदा होएगा। चंगा जा। बढ़िया पोलियां गल करती है कमली नाल। ओ जल्दी पा चमचिया, चल फटाफट की पैक खींच के बोतल लुका दे, गुड्डो आने वाली। लुका दे लुका दे, जाने के मैं ते देखया ही नहीं। वेट टूट पैना, तैनू काम कोई नहीं, जदों देखो मेरे वीर नु पुठियां गल्लां सिखांदा रहंदा। ना भाई गुड्डो, अख मीच के इहनू तां मैं कदे कुछ कहया नहीं। तूं तां कुछ नहीं कहया, जुत्ती मार के बूथा पांदू, जदों देखो करमिकियां करदा रहंदा। ना गल सुन वीरिया, तू एडा वड्डा अड़बोच हो गया ते मुस्टंडियां नाल बैठ के दारू पींदा पिया। ओ देखा जीता जे काली शहरों आया, अज हलवांदा फिरदा। सुन गुड्डो, मेरे सामने आया किसी लल्लू पंजू दा नाना लिया कर। तू मन कोरा जाके बापू दे। ना 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 गुड्डो, तू मेरी बड़ी चंगी भैन है, बापू दसन की लोड़ है। ले 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 ले, तू कर चल, असी रोटी खा लांगे। चंगा। तो बापू नु चुगली ना आई? नहीं लगावांगी। चल बना बना। ता स्वाद आ गया जी आके जी के। आई मर गया मर गया। ते तैनू दिंदा नहीं है, जरूरी कार थले आके मन है किते खुद जाके मर जा। मैडम मेरे को गलती की माफ कर दो। माफी दा बच्चा, देख के चलिया करो जब कोई कार अंधी होए। कार? इस साबनदानी ने तुसी कार कहंदे हो? मेरी इस कार नु साबनदानी कहंदा? तैनू शर्म नहीं आंदी स्टूपिड इडियट? मैडम माइंड योर लैंग्वेज। यू नो इंग्लिश? आई नो इंग्लिश। वैसे मैडम इना गुलाब वर्गे बुल्लां ते गालां चंगियां नहीं लगदी, अगर तुसी इन बुल्लां ते मिठे मिठे बोल बोलो ना ते सारी कायनात नच पाएगी। मर जा करेला खाके लगता गल बनी जाऊ। कोई गल नहीं वड्डी अकड़ वाली, तेरी अकड़ भी टूट जाऊगी जदों यारां दे बोल तेरे कन्ना च पैणगे। बलबीर। बीवी जी नमस्ते। नमस्ते डैडी। कर हां जी करी है। जा जाके गड्डी च सामान चुक के लिया। अच्छा जी। डैडी डैडी। ओए पिंकी पुत्र तू? डैडी। ओए ना कोई आन दी खबर, ना कोई चिट्ठी, ना चपाटी, चांचक है मेरा पुत्र। मैं नहीं बोलती तोड़े नाल। ओ पर क्यों नहीं बोलती मेरे नाल, मैं की गुनाह कीता है? मैं नाराज हां। ला ओ तो मैं पहले ही पता है, जब मैं तेरे की कहंदे ने उनू होटल जांदा हुंदा सी ना। होटल नहीं डैडी, होस्टल। ओ चंगा भाई होस्टल सही, पर तू तो ओथे भी कुछ करदी सी, हुण घर आ गई है हुण ते नाराज हो गई है। पर पुत्र ए गल दस, नाराज की थी गल केड़ी है? पहला तुसी मैनू ए दसो कि मैं तोनू चिट्ठी पाई सी, तुसी मैनू लैन क्यों नहीं आए? चिट्ठी? ओ पुत्र तेरी चिट्ठी मैनू मिलियो ही नहीं है। चिट्ठी नहीं मिली? हां पुत्र, शायद तेनू ए नहीं पता साडे पिंड दा डाकिया मोया फीमची है, किते चिट्ठियां वंडदे वंडदे ओनू पिनक लगी होनी है, मेरी चिट्ठी किसे होर नु दिया होना। पर छड्ड इस गल नु, ए गल दस मेरी धी राणी नु कोई तकलीफ ता नहीं होई? तकलीफ का दी, मैं अपनी सहेली दी कार लेके आई हां। माय गॉड डैडी, मैं बड़ी डिसहार्टन हूं। ओ चंगा भाई, जो कुछ हो गया सो हो गया, तू मेरी लाडली ती है, अपने प्यो नु माफ कर दे। हैं तू थकी होनी है, ताकि ना तो ले कुछ खा पी ले, फिर लड़नी अपने प्यो नाल। यो वेरी स्वीट डैडी। ओया की बना गई मैनू, इना गुलाब वर्गे पुल्ला तो गाला चंगिया नहीं लगती, रब दी सो जे इना पुल्ला तो मिठे मिठे बोल निकले ते सारी कायनात नच पाएगी। जाग दे रहे हो भाई, जाग दे रहे हो, सुते रहे हो, जाग दे रहे हो भाई, जाग दे रहे हो। सरपंच जी तुसी जाग दे रहे हो, भाई साहब जाग दे रहे हो, जाग दे रहे हो भाई, जाग दे रहे हो। हैं किन्ने बज गए? चलो अद्धा घंटा होर सही,
जागदे रहो भाई, जागदे रहो। तू मेरी चवची है? नहीं तू मेरी चवची है। मैं क्या तू मेरी चवची है? तैनू दिंदा नहीं। तैनू दिसदा नहीं? मैं अपने रास्ते सीधा जा रहा सी। मैं भी अपनी रास्ते सीधी आ रही सी। बाबा मैं अपनी रास्ते सीधा जा रहा सी। चल मैं जानबूझ के बची। हां तैनू पता है जब मुंडा ते कुड़ी आपस च टकराते की हुंदा है? की हुंदा? मामला गड़बड़ हुंदा है। आ ओए मां की है? की है? कंडा बजे। हां अखा ना कर लो हाथ नाल। हाथ नहीं ला। हुंदा की हुंदा? पता नहीं। अच्छा गल सुन, जब तक मैं हाथ नहीं लावांगा ना ते कंडा नहीं निकलेगा। चंगा कट ले। हां कंडा तो निकल गया, लेकिन जेड़े कंडे मोहब्बत के राज ने वो सार लेंगे तू? जे तू सार लेगा तो मैं भी सार लूंगा। पक्का? हाँ 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 हाय नहीं तेनू की हो गया? Hi.
एक गधा ट्रक थले आ गया, गधा बच गया, ड्राइवर मर गया, ओए की खबरें ने, ओए की छाप दे उसवा के। डैडी रोटी बनाना शुरू करो कि ठहर के खानी है? ओ पुत्र शुरू कर दे, रोटी खाई लिए, अखबार तो एवे ही ने। बे सरपंचा तकड़ा है। आजा आजा बंती है, बह जा, बहुत दिन बाद आई है, कितने बाहर गई सी? वे आहो आप पक्के घर वालों की कुड़ी है ना, सॉरी झगड़ा हो गया सी। अच्छा। मेनू जरा गवाही देने लई बुला लिया सीगा। देती गवाही? तेनू ता पता है करतार सिंह, भी मैं ता झूठ उक्का ही नहीं बोलना चाहूं। ना ना। पर पिंड दे लोक नहीं ना छड़ दे बंती नू। फिर बंती तो बिना यह कम हुंदे भी किदे कोलों है? भाई बंती तेनू सारा पिंड मानदा है। मेनू ता बनाया ही रब ने लोक सेवा लई है। ना करतार सिंह, आहा कुड़ी नहीं दी अपनी सहेली कोले गई है? ना ना पिंकी ता करे ही है, पर तू दाल लेनी है ना? आहो हुण तू जानदा ही है भाई, दाल ही लेना सी पूरा, रुड़ जाना टाइम ही नहीं मिला। कोई गल नहीं, कोई गल नहीं। पिंकी पुत्र इधर देख, तेरी पुआ आई है। सत श्री अकाल पुआ। सत श्री अकाल तीए। थोड़ी दाल ले दे पुत्र। चौंदी वसदी रह, राज जवानियां माणे। करतार सिंह आज कल तक कलजुगी आ गया। की हो गया? ना तू नहीं सुनिया, आ नाल दे पिंड एक कामा जवान कुड़ी नु पजा के लै गया। मैं ता कहनी है आज कल दे वक्त च कल्ली कुड़ी नु ता घर छड़ना ही नहीं चाहिदा। कल ता तू ठीक कहनी है। आलो डैडी। अच्छा एले पुआ। चंगा करतार सिंह, तुसी खाओ रोटी टुक ते मैं चली। अच्छा अच्छा। सत श्री अकाल चाचा। सत श्री अकाल। ए मक्खी कितों आ गई? चाचा कल बैठा? नहीं नहीं, पिंकी रोटी पका रहे थे, मैं रोटी खा रहे थे। पिंकी पुत्र पानी दही गराई फस गई गले च। आई डैडी। कुछ कम आया सी? नहीं चाचा, मैं लंग रहा थी, मैं तुझे दुआ सलाम कर। अच्छा अच्छा, बड़ी मेहरबानी बेटा। अच्छा चाचा, मैं चलना, तुझे रोटी खाओ। और चल, मैं तो सदा देखे बुलाया सी। पता नहीं क्यों डैडी, मैंने इतनी ना निगाह चंगी नहीं लगती। ओ पुत्र, ऐसे वास्ते मैं उन बहुता मुंह नहीं लांदा। हैं, तुम बेफिक्र रहो, ए दूरी रहेगा। हां, तू जाकर रोटी खा बेटा। बापू रोटी होर रख दे पुत्र। है तो कोई नहीं, ते डंडा कोई कुत्ता बिल्ला सिट गया होना। मक्खियां उड़ा रही थी, रोटी मेरे सिर ते, रोटी थाली च पई है। मैं जड़ा लागले पिंड हो के आया, कदे ध्यान नहीं पुत्त। चंगा चंगा बापू। हले आई नहीं? मेरू, मैं आ गई। आ जा, छेती आ जा, तेनू देख के ता ना मेरा दिल भुखे बच्चे वांगू रस्से तरहों लग जांदा है। पर मैं आवा किस तरह, मैं तो नहीं सुआ लनिया जाना। मैं ही आना है अब। प्यार तेनू मैं क्वांटला दे हिसाब नाल करदा है, जिन्ने द्वार दा जोखे देख ली। चल फटाफट गल्ला कर लै, मेरा बापू नाल दे पिंड तक गया, आउण वाला है। क्यों जा रहे हो? आउण वाला की है, वो जमदूत आउ तुर आउंदा है। हाय रब्बा, हुण की करिए? पर हुण कर रहा सी। हाय हाय रब्बा, ओ किधर चलिए? हाय रब्बा, ओए ओए ओए, पाए कर दिया। ओ पुल दे नीचे चल गए। आ चलिए, आ चलिए, चल। हाय हाय, बैठ जा बैठ जा, चल चलो जाने हैं। जदों देखो तेरा प्यो उथे आटा पकदा है,
ਇਹਦੇ ਬੱਜੇ ਆਈਟਮ ਬੰਬ ਇਹਦੇ ਸਿਰ ਚ ਪੈਣ ਪੁੱਛਾਂ ਵਾਲੀਆਂ ਜੁੰਗਲਾਂ ਤਾਂ ਕਿ ਸਾਰਾ ਦਿਨ ਖੁਰਕਦਾ ਰਹੇ ਹਾਂ ਚੱਲ ਵੇ ਪਰੇ ਹਟ ਓਹੋ ਓਏ ਅਮਲੀਆ ਤੁਰਦੇ ਤੁਰਦੇ ਛਾ ਚੜ ਗਿਆ ਪਿੰਡ ਚੱਟਪੁਰ ਤੇ ਬਹਿ ਕੇ ਦਮ ਲੈ ਲਈਏ ਨਾਲੇ ਆਪਾਂ ਨੇ ਕਿਹੜਾ ਘਰੇ ਜਾ ਕੇ ਮਾਂ ਦਲਨੇ ਆ ਲੈ ਕਰ ਲਓ ਗੱਲ ਤੇਰਾ ਬੁਰਾ ਵੀ ਸਾਡੇ ਸਿਰ ਤੇ ਉੱਤੇ ਚੜ ਕੇ ਆ ਕੇ ਬਹਿ ਗਿਆ ਹੁਣ ਕੀ ਕਰੀਏ ਤੇ ਕੀ ਨਾ ਕਰੀਏ ਇਹ ਆਸ਼ਿਕ ਕਰਨ ਵਾਲਿਆਂ ਦੇ ਸਿਰ ਤੇ ਵੀ ਬੁੜੇ ਪਤਾ ਨਹੀਂ ਕਿਵੇਂ ਗਰਿਆ ਵਾਂਗੂ ਆ ਡਿੱਗਦੇ ਆ ਮੈਨੂੰ ਸਮਝ ਨਹੀਂ ਆਉਂਦੀ ਹੈ ਅਮਲੀਆ ਇਹ ਤੇਰੇ ਕੰਨੀ ਬੋਲੀ ਜਾਂਦੀ ਆ ਜਾਂ ਪੁਲ ਥੱਲੇ ਕੋਈ ਗੱਲਾਂ ਕਰਦਾ ਹੈ ਲੱਗਦਾ ਕੋਈ ਆਸ਼ਿਕ ਕਿਸੇ ਕੁੜੀ ਨਾਲ ਠੜਕ ਭੋੜਦਾ ਚੱਲ ਓਏ ਅਮਲੀਆ ਇਹਨੂੰ ਫੜ ਰੰਗੇ ਅਤੀ ਅੱਜ ਬਾਪੂ ਨੇ ਗੱਲਾਂ ਸੁਣ ਲਈਆਂ ਭਾਈ ਚਲੀਏ ਕਿਤੇ ਆਪਣਾ ਭਾਂਡਾ ਨਾ ਫੁੱਟ ਜੇ ਆ ਜਾ ਆ ਜਾ ਛੇਤੀ ਕਰ ਕਿਤੇ ਸਿਰ ਨਾ ਪਰਵਾ ਬੈਠੇ ਚਾਹੀਦੇ ਚੱਲ 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 ਛੇਤੀ ਕਰਨਾ ਭੁੱਲ ਗਏ ਇਹ ਸਾਰੇ ਘਰ ਨਹੀਂ ਬੋਲੀ ਜਾਂਦੇ ਸੀ ਕਿਤੇ ਗੋਡੇ ਖੜ ਗਏ ਪਰ ਜਵਾਨੀ ਦੀਆਂ ਆਸ਼ਕਾਂ ਵਾਲੀਆਂ ਗੱਲਾਂ ਸੁਣਨੋਂ ਅਜੇ ਨਹੀਂ ਹਟਦੀਆਂ ਸ਼ੁਕਰ ਹੈ ਰੱਬ ਦਾ ਆ ਪੁੱਲ ਨੇ ਬਚਾ ਲਿਆ ਨਹੀਂ ਮੇਰੇ ਤਾਂ ਟੰਬੇ ਪੈ ਜਾਣੇ ਸੀ ਤੇ ਮੈਨੂੰ ਕਿਹੜਾ ਛੱਡਣਾ ਸੀ ਮੈਨੂੰ ਮੇਰੇ ਬਾਪੂ ਨੇ ਕੁੱਟ ਕੁੱਟ ਮਾਰਨਾ ਸੀ ਹੁਣ ਐ ਕਰੀਏ ਹੁਣ ਆਪਾਂ ਦਿਨੇ ਮਿਲ ਦਾ ਪ੍ਰੋਗਰਾਮ ਤਾਂ ਹਟਾਈਏ ਤੇ ਤੂੰ ਮੈਨੂੰ ਰਾਤ ਨੂੰ ਮਿਲਿਆ ਕਰ ਪਰ ਮੈਂ ਰਾਤ ਨੂੰ ਕਿਵੇਂ ਆਵਾਂ ਕਿਉਂ ਮੇਰੀ ਤਾਂ ਜਾਗ ਨਹੀਂ ਖੁੱਲਣੀ ਤੂੰ ਮੈਨੂੰ ਐਂ ਦੱਸ ਦੇ ਕਿੱਥੇ ਪਈ ਹੁੰਨੀ ਐ ਜਗਾਉਣਾ ਮੇਰੀ ਡਿਊਟੀ ਐ ਤੇ ਦਰਵਾਜ਼ੇ ਵੜਦਿਆਂ ਸੱਜੇ ਪਾਸੇ ਮੇਰੇ ਬਾਪੂ ਸੌਂਦਾ ਹੈ ਅੱਛਾ ਤੇ ਖੱਬੇ ਪਾਸੇ ਮੈਂ ਬਸ ਠੀਕ ਹੈ ਹੁਣ ਮੈਂ ਦੇਖਦਾ ਤੇਰਾ ਪਿਓ ਮੇਰੇ ਪਿਆਰ ਦੇ ਵਿੱਚ ਕਿਵੇਂ ਰੋੜਾ ਬੰਦਾ ਹੈ ਮੈਂ ਆਪੇ ਤੈਨੂੰ ਜਗਾ ਲਿਆ ਕਰੂੰਗਾ ਪਾਪੂ ਤੂੰ ਤਾਂ ਹਰ ਰੋਜ਼ ਉੱਥੇ ਸੌਂਦਾ ਅੱਜ ਇੱਥੇ ਕਾਹਨੂੰ ਸੌ ਰਿਹਾ ਉਹ ਪੁੱਤ ਤੂੰ ਪੈ ਜਾ ਉੱਥੇ ਮੈਂ ਬੁੜਾ ਬੰਦਾ ਰਾਤ ਬੜਾਤੇ ਹਾਜ਼ਰ ਹੁੰਦੀ ਆ ਮੈਨੂੰ ਉੱਠਣਾ ਔਖਾ ਜਾ ਸੌਂ ਜਾ ਉੱਥੇ ਪਾਪੂ ਸੌਂ ਜਾ ਨਾ ਅੱਜ ਤੇਰੇ ਉੱਥੇ ਕੱਲੇ ਚੁਬਦੇ ਆ ਜਾ ਪੈ ਜਾ ਬੋਲੀ ਜਾਂਦੀ ਆ ਬੜਾ ਆ ਚ ਪੰਗਾ ਪਊਗਾ ਆਖਰੂ ਸੱਚੇ ਪਾਛਾ ਖਬਰਦਾਰ ਬਈ ਮੈਂ ਕਿ ਅਮਲੀਆ ਸੌ ਗਿਆ ਉਹ ਸਾਰਾ ਪਿੰਡ ਸੌ ਗਿਆ ਤੂੰ ਹਲੇ ਜਾਗਦਾ ਹੀ ਹੈ ਚੱਲ ਖੈਰ ਮੈਂ ਗਾਹਾਂ ਗੇੜਾ ਮਾਰ ਆਉਣਾ ਇੰਨੇ ਨੂੰ ਸੌ ਜਾਏਗਾ ਖਬਰਦਾਰ ਮੈਂ ਕਿਹਾ ਸਰਪੰਚ ਸਾਹਿਬ ਜਾਗਦੇ ਹੋ ਕਿ ਸੌਂਗੇ ਉਹ ਆਹੋ ਭਾਈ ਮੈਂ ਜਾਗਦਾ ਹੀ ਹੈ ਤੂੰ ਡਟਿਆ ਹੋਇਆ ਡਿਊਟੀ ਤੇ ਆਪਾਂ ਤਾਂ ਪੂਰੇ ਡਟੇ ਹੈ ਸ਼ਾਬਾਸ਼ ਸ਼ਾਬਾਸ਼ ਮੇਰੇ ਹੁੰਦੇ ਤਾਂ ਚਿੜੀ ਨਹੀਂ ਫੜ ਸਕਦੀ ਔਰ ਖਬਰਦਾਰ ਓਏ ਚਿੜੀ ਤਾਂ ਤੇਰੀ ਮੈਂ ਫੜਕਾਉਣਾ ਭਾਈ ਸਾਹਿਬ ਤੁਸੀਂ ਕੌਣ ਹੋ ਡਾਕੂ ਖੱਬਰ ਸਿੰਘ ਓਹੋ ਡਾਕੂ ਖੱਬਰ ਸਿੰਘ ਕੱਲ ਪਰਸੋਂ ਮੈਨੂੰ ਡਾਕੂ ਚੱਬਲ ਸਿੰਘ ਮਿਲਿਆ ਸੀ ਤੇ ਅੱਜ ਖੱਬਰ ਸਿੰਘ ਮਿਲ ਗਿਆ ਇਹ ਤੁਸੀਂ ਦੋਨੇ ਡਾਕੂ ਮੇਰੇ ਮਗਰ ਕਿਉਂ ਪਏ ਹੋ ਭਾਈ ਸਾਹਿਬ ਮੈਂ ਕਿਹਾ ਮੈਂ ਤਾਂ ਕੱਟੇ ਕੱਟੀਆਂ ਚਾਰ ਦਾ ਵੱਡਾ ਲੱਗਣ ਲੱਗ ਪਿਆ ਮੈਂ ਤਾਂ ਹਲੇ ਕੁਮਾਰ ਹੈ ਮੇਰਾ ਤਾਂ ਹਲੇ ਵਿਆਹ ਵੀ ਨਹੀਂ ਹੋਇਆ ਬੱਚੇ ਵੀ ਨਹੀਂ ਹੋਏ ਮੈਂ ਤਾਂ ਹਲੇ ਬਹੂ ਦਾ ਮੂੰਹ ਵੀ ਨਹੀਂ ਦੇਖਿਆ ਦੇਖਿਓ ਕਿਤੇ ਘੋੜਾ ਦੱਬ ਦਿਓ ਮੇਰੇ ਯਾਰ ਭਾ ਟੱਪ ਜੂਗਾ ਦੇਖਿਆ ਡਰ ਗਿਆ ਨਾ ਹੁਣ ਡਰ ਗਿਆ ਐਵੇਂ ਡਰ ਗਿਆ ਥੱਲੇ ਕੀ ਹੋਇਆ ਓਏ ਇਹ ਤਾਂ ਨਾ ਮੈਂ ਚਾਹ ਵਾਲੀ ਪੀ ਬੈਠਾ ਸੀ ਓਏ ਸਾਲਿਆ ਤੂੰ ਮੈਨੂੰ ਡਰਾਉਣਾ ਕਰਨੀ ਬਾਤ ਨਹੀਂ ਖਬਰਦਾਰ ਬਈ ਖਬਰਦਾਰ ਚਲੋ ਅਮਲੀ ਕਨੀ ਕਿਹੜਾ ਮਾਰਦੇ ਆ ਸ਼ਾਇਦ ਸੌਂ ਗਿਆ ਹੋਵੇ ਖਬਰਦਾਰ ਬਈ ਖਬਰਦਾਰ ਖਬਰਦਾਰ ਕੀ
तेनू दसदा नहीं मैं कोई चोर है मैं तो पिंड का चौकीदार है आपकी ड्यूटी से डरिया हो ड्यूटी देनी है बाहर जाके दे इत्थे की लाना है तू और भाई साहब मैं देखना है सी भी जो तू ऐ पिया होना है वो तू जागदा होना कि सुता होना है तू ये दस तैनू मेरे जागण सौण नाल की मैनू तेरे की सारे पिंड दे जागण सौण तक है जे तेरे घरे चोर आ गए तो मैनू तू पंचायत करीसा पेगा मैं तेनू देखने वास्ते आया भी जो तू ऐ पिया होना है वो तू जागदा होना है कि सुता होना है मैं तेनू किवें जगावां ओ मेरियां कोई नत्तियां ला के ले जू नाले मेरे नंग कोल है की तू दस बल्ले तेरे जिहड़ा बंदा आपदे आप नंग कहिंदा हुंदा है उहदे कोले माल ही माल हुंदा है मैनू पता है तेरे कोल किन्ना माल है बंती रोज ही दाल मंगन आ जांदी अज तौड़ी मुद्दी देख के आपे बशर्मा वांगू मुड़ जाओ दाला पतीला पिया नी छेती कर आप पोरा दाल दा पा दे ते मैं जावा अग लगना भज भज के साह भी उखड़ गया हुण दाल ना रोटी खा के काल जा थापणू तां किते सार टिकूगा बंती नू चार दिए बंती ता सत्तां कोठियां च पई चीज नू लभ लवे चंगा भाई मैं ता चलदी आं भाभी चंगा भाई रोटी दी पई रहंदी है पुत्र तू इतनी मेहनत करदा टाइम से रोटी ते खा लिया कर मां चल तू रोटी खोल के रख मैं हाथ तो क्या है अच्छा ला मैं भूख लगी है ले पुत्र खा नहीं मां पहली बुरकी तेरे हाथ नाल जद तक मैं पहली बुरकी तेरे हाथ नाल ना खावा ते मेरा थकेवा नहीं लंदा चल वे एवे मुखाल ना करया कर मां तैनु किन्नी बार किया कि खाना किसी दे हाथ भेजा कर ਇਹਨੂੰ ਤੂੰ ਵਿੱਚ ਆਪ ਨਾ ਲੈ ਕੇ ਆ ਜੇ ਤੈਨੂੰ ਕੁਛ ਹੋ ਤੇ ਫਿਰ ਜੀਤੇ ਦੀ ਮਾਂ ਤੈਨੂੰ ਕਿੰਨੀ ਵਾਰੀ ਕਿਹਾ ਕਿਸੇ ਨੌਕਰ ਦਾ ਖਾਣਾ ਭੇਜ ਦਿਆ ਕਰ ਐਡੀ ਤੂੰ ਵਿੱਚ ਆਪ ਲੈ ਕੇ ਨਾ ਆਇਆ ਕਰ ਜੇ ਤੈਨੂੰ ਕੁਛ ਹੋ ਜਾਏ ਤੇ ਫਿਰ ਦੇਖੋ ਜਦ ਤੱਕ ਮੈਂ ਤੁਹਾਨੂੰ ਆਪਣੀ ਅੱਖਾਂ ਦੇ ਸਾਹਮਣੇ ਖਵਾ ਨਾ ਲਵਾਂ ਮਨ ਚੈਨ ਨਹੀਂ ਪੈਂਦਾ ਹਲਾ ਕਰਾ ਫਿਰ ਮੂੰਹ ਮਿੱਠਾ ਕਰਾ ਗੁੜ ਤੁਹਾਨੂੰ ਬਾਅਦ ਖਵਾਉਂਗੀ ਪਹਿਲੇ ਰੋਟੀ ਖਾ ਓਏ ਮੈਂ ਗੁੜ ਦੀ ਗੱਲ ਨਹੀਂ ਕਰ ਰਿਹਾ ਮੈਂ ਤੇ ਮਿਸ਼ਰੀ ਦੀ ਗੱਲ ਦੀ ਗੱਲ ਕਰ ਰਿਹਾ ਹਾਂ ਕੋਈ ਦੇਖ ਲੇਗਾ ਤੇ ਕੌਣ ਦੇਖੇਗਾ ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ ਚਲੋ ਉਹ ਤੋ ਤੇਰੀ ਕੀ ਹੋਇਆ ਮਾਂ ਤੂੰ ਹੱਸ ਕਿਉਂ ਰਹੀ ਹੈ ਮੈਂ ਹੱਸ ਰਹੀ ਹਾਂ ਮੈਂ ਸੋਚ ਰਹੀ ਹਾਂ ਤੇਰਾ ਛੇਤੀ ਤੇ ਵਿਆਹ ਕਰ ਦਿਆਂ ਮੇਰੇ ਤੇ ਸਾਰੀਆਂ ਜ਼ਿੰਮੇਵਾਰੀਆਂ ਖਤਮ ਹੋ ਜਾਣ ਸਮਝ ਗਿਆ ਮਾਂ ਤੂੰ ਸੋਚਦੀ ਹੋਣੀ ਹੈ ਜਲਦੀ ਤੋਂ ਜਲਦੀ ਇਸ ਤੋਂ ਖੇੜਾ ਛੜਵਾ ਲਵਾਂ ਸਾਰੀਆਂ ਮਾਵਾਂ ਇਸ ਤਰ੍ਹਾਂ ਹੀ ਸੋਚਦੀਆਂ ਪਰ ਮਾਂ ਜਦੋਂ ਨੂੰ ਸੱਸ ਦਾ ਡੰਡਾ ਖੜਕਦਾ ਹੈ ਨਾ ਤਾਂ ਪਤਾ ਲੱਗਦਾ ਹੈ ਚੁੱਪ ਕਰ ਲੈ ਰੋਟੀ ਖਾ ਆ ਛੱਡੀ ਨਾ ਜੇ ਕਿਸੇ ਨੇ ਵੇਖ ਲਿਆ ਤੇ ਫਿਰ ਕੀ ਹੋਇਆ ਜਦੋਂ ਪਿਆਰ ਕੀਤਾ ਤੇ ਡਰਨਾ ਕੀ ਮੈਂ ਕਿਹਦੀ ਛੱਡਦੇ ਨਾ ਇੱਕ ਵਾਰ ਹੱਥ ਫੜ ਲੈਣ ਤੇ ਛੱਡਦੇ ਨੇ Thank you.
आ कुड़िए आजा बाह विच आ कुड़िए आजा बाह विच आ कुड़िए आजा बाह विच आ कुड़िए जीता कुछ ज्यादा ही मचर रहा है जरा शेर की चाह ते हाथ पान दी सोच रहा है लगता है कंडा भी कड़ना ही पाऊ ना 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 वे एहो जा कम ना करी
मैं क्या कुछ ऐ होई ना गल ते लै सुन फिर तू रंगले आले झुंड पहली को चला जा तेरा कम आपे लोट हो जाओ रंगले वाला जुगिंदा हाँ मेरा नाम ही जुगिंदा है दस मुंडे तेनू दुख की है एक बंदे का कंडा कड़ना है ओ एक बंदा ही दस मियां दी गल कर दो ता जुगिंदे नू भी डोले फड़कान दा मजा आंदा फिर भी तू जुगिंदे कोल चल के आया है तेरी मराज जरूर पूरी होएगी बस मेरी राज रोड़ा हट जाए पैसे इत्थे ही हाथ रोक ले ते सुन ले रंगले वाले दे पिंड तो लैके दिल्ली दी पुरानी मंडी तक कौन नहीं जुगिंदे नू जानदा जा जिथों जाके मर्जी आए पूछ ले जुगिंदा कदे किसे दा काम करन तो पहला पैसे नहीं लेंदा जिवें तुहाडी मर्जी जे तेरी अखां दे सामने धरती दे वछाकेड़ा रख दित्ता तां जुगिंदा ना जानी तो मेरा राह करो क्या ओए पहला थले ते उतर फिर पता चल जू तू कौन है ते मैं कौन हां ओए जे चंगी चाना ते चले जा जे मैं गुस्से च आ गया ना ते तेरे हड पैर टूट जानगे ओ जाति कोड़ के लिए ते छतीरा नाल चप्पे तेरे वर्गे मुंडे खुंडिया नु ते मैं मुछ ते बिठा के ले जावा ओ टंड्या मुछा ते दाढ़ी रखन नाल कोई बदमाश नहीं बनदा ओए फिर दाढ़ी मुछा कटवान नाल कोई आशिक भी नहीं बन जाता छेती छेती दस तो चौना की है मेरा टाइम बर्बाद ना कर ओए पिंकी शेरे दिए ते शेरे दी रहेगी ओदा पीछा छड़ दे नहीं ते जिंदगी तेरा पीछा छड़ देगी एदा मतलब ए होया कि शेरे ने एक बदमाश नु किराए दा टट्टू बना के मेरा रारो कले भेजा बकवास ना कर ओए जे मां ते दूध पीते दी जरा जिन्नी भी कह रहे थे ते थल्ले उतर बदमाश हड्डियां तोड़ा के चला गया भेजा किराया दा टट्टू जख्मी होके नट रहा जा उन्हों अपनी जीप बिठा के अस्पताल ले जा जा ओए जीतिया तू शेरे नाल बाजी पा के चंगा नहीं कीता जब मैं चाहवा तो एक मिनट भी तेरा साक कर दिया लेकिन मैं तेरे गंदे खून नाल अपने हाथ नहीं रंगना चाहता अजे तक कोई माए दा लाल पैदा नहीं होया जेड़े अपने हाथ जीते दे लहू नाल रंग सके जीते दे लहू नाल ओही अपने हाथ रंग सकेगा ग्यारत मत होए तेरे वर्गा बेगैरत नहीं अरे तू मेरे खून नु गर्मी ना चढ़ा तरीके जा तो जान तो पहला कान खोल के सुन ले जे तू पिंकी दा पीछा नहीं छड़िया ते मैं तो बुरा कोई नहीं होएगा शेरिया प्यार नु बदमाशी नाल हासिल नहीं किया जा सकता जे आजमाना ते एक दिन आजमा ले
पिंकी नू तेरी बदमाशी हासिल कर दी है या मेरा प्यार, समझ गया? मैं भी देखना पिंकी तेरी की में हंदी है। आए सोनिया, किधरों आ रहे हो? तू की लेना? लेना तो सब कुछ है, तैनू डोलेज बैठा के ले जाना है। लेकिन जिना राज तू चल रही हो ठीक नहीं है पिंकी। मैं जो भी कर दिया अपनी मर्जी नाल कर दिया। वो तो ठीक है, लेकिन हले भी संभल जा और कुछ साढ़े दिल का भी तो ख्याल कर। बकवास बंद कर। कमाल है, अपने दिल की गल करिए तेनू बकवास लगनी शुरू हो जाती है। तरम ना पिंकी, सच्चे दिल ना तेनू चाहना। अच्छा दिन लगता किसी और नाल तू बावे बावा पाके घूमे। एक गल कन खोल के सुन ले, मैं जीते दी हां ते जीते दी रवांगी। अज तो बाद मेरी राह रोकन की कोशिश की थी ते मेरे तो बुरा कोई नहीं होएगा। अब तू भी गल कन खोल के सुन ले, साढ़े वर्गे आशिक बहुत घट पैदा होते ने। मैं भी देखांगा तू किवें जीते दी होनी है। की गल है, आज बड़ा मस्का ला रहे हैं। जरूर कोई मतलब दी गल होनी है। तू से तू वड्डी उंगली तो मुद्दा भी नहीं। ले बापू सौ चमचे दी, आज तक तेरी केड़ी गल नहीं मनी मैं। अब बापू तेरे नाल सलाह करनी है। दस की गल है? गुस्सा ना करी, पहली बारी कोई चीज मंगना तेरे कोलों। ओ तू बोलते सही, बापू करता रहा थोड़ा यार है ना। हाँ पक्का? बिल्कुल। तेरे नाल मेरे ते पिंकी ते ब्याह दी गल करना, मैं ओदे नाल प्यार करना, ऐ किवें हो सकदा है? ले कमाल है बापू, क्यों नहीं हो सकदा? अब बापू ठंडे दिमाग नाल काम लै। सोच, एक ते घर पढ़ी लिखी बहू आ जाए रोटियां पकान लई, ते दूजे करतारे दी जमीन जायदाद अपनी हो जाऊ। वाह पुत्र वाह, अज तू पुत्रां वाली गल कीती है ना, मैं अज ही उहदे नाल जाके गल करना। वो मेरा बड़ा पक्का यार है, मैनू ना ही नहीं कर सकदा। नहीं नहीं प्रताप, मैं तेनू हां किवें कह दूंगा। मेरी बेटी पिंकी एक पढ़ी लिखी लड़की है, ये उहदी जिंदगी का सवाल है, इस बारे उहदी राय लैना बहुत जरूरी है। मैनू मौका मिल गई गलबात करांगा, पूछांगा। ठीक है फिर मैं चल। पर करतार सिंह, जिहड़ा मुंडा पिंड दियां तियां भैणां दियां इज्जत लुटदा रहा होवे, क्या तू उस मुंडे नाल अपनी लाडली धी नूं व्याहण दा सोच सकना है? तेरी धी उत्थे खुश रह सकती है? मूर्खा, यह गल पिंकी नाल ना कर बैठी, उहदा दिल टुट जाएगा। नहीं नहीं, मैं इहो जी कोई गल नहीं करांगा जिहदे नाल मेरी लाडली बेटी दा दिल टुटे। नहीं मैं कदे नहीं करांगा। अजे तक नहीं, पता नहीं कित्थे चली गई, उहदे बगैर मेरा जी नहीं लगता। दस मैं कौन आ? कल आया दस, तू इन्नी लेट क्यों आई है? मैं तेनू उड़ीकदा उड़ीकदा सुख गया। मैं की करा, मैनू घर कोई देखन आई सी, मेरे डैडी ने मेरा ब्याह तय करता। अच्छा, ये तो बहुत ही बढ़िया गल है। की तैनू मेरे ब्याह की गल सुन के कोई हैरानी नहीं हुई? हाँ बिल्कुल नहीं, क्योंकि मेरी माँ ने मेरा रिश्ता किसी होर कुड़ी नाल तय करता। हाय कुड़ी बहुत ही सोनी है, रब ने उन्हें रज के सोना बनाया। कश्मीर दे सेब वर्गे ओहदे गल्लां, हिरनी वर्गे ओहदी अखां, ते संतर दी फाड़ी वर्गे ओहदे फुल। तेरा ब्याह किसी होर नाल किवें हो सकता है? जिस तरह तेरे डैडी ने तेरा ब्याह किसी होर नाल पक्का करता, समझी? मैं मजाक कर रही थी। कहां फिर पहले कहना सी, हुन तो वेला तू लंघ गया, हुन कुछ भी नहीं हो सकता। तू मैनू छट के किसी होर नाल ब्याह करा लेगा? क्यों नहीं कर सकता? मैं तेरे बिना नहीं जी सकती। तू सच कह रही है कि तू हाँ, मेरे बिना नहीं जी सकती है? मैं सच कह रही हूँ, मैं तेरे बिना मर जावांगी। ओ बाबा खड़ जा, मैं तो अभी मजाक कर रहा सी। सच्ची? कमली साडा प्यार ते अजला तो रब ने लिखिया, सानू कोई जुदा नहीं कर सकता। बापू हले तक नहीं आया? आ बापू, करदार वाल गया सी उन्हें आ कीती? नहीं। की कहंदा? ਕਹਿੰਦਾ ਸਲਾਹ ਕਰਕੇ ਦੱਸਾਂਗਾ। ਲਗਮਾ ਲੈ ਜੇ ਸਲਾਹ ਕਰਨ ਦੀ ਕਿਹੜੀ ਗੱਲ ਹੈ, ਸਿੱਧੇ ਕਿਹਨੂੰ ਕਹਿੰਦਾ ਉਹਨੇ ਨਾ ਕਰ ਦਿੱਤੀ, ਲੜਦੇ ਹੋ ਜੀ ਦੋਸਤੀ ਤੇ। ਸ਼ੇਰਿਆ ਚੁੱਪ ਬਹਿ ਜਾ, ਮੇਰਾ ਦਿਮਾਗ ਖਰਾਬ ਨਾ ਕਰ, ਸੋਚਣ ਦਾ ਮੈਨੂੰ। ਸੋਚਦਾ ਰਹਿ ਵੇ। ਤੁਸੀਂ ਕਿਵੇਂ ਬੈਠੇ ਹੋ ਪਿਓ ਪੁੱਤ ਸਿਰ ਸੁੱਟੀ, ਜਿਵੇਂ ਬੁੜੇ ਫੂਕੇ ਆਏ ਹੁੰਦੇ ਹੋ।
वे हुण कुछ बोलोगे भी कि मुहन ताले लग गए। अच्छा अच्छा पई दिमाग च गल, तुसी सोचदे होणे हो भई गुड्डो दा व्याह करता ते साडा रोटी टुक कौन करो। हां बुआ एहो जरा फल है, तद मैं बापू नूं करतारे सरपंच कोल भेजा सी ओदे तीन नाल रिश्ते दी गल करन, उसने बापू नूं ए गल कह के टाल दिता कि पिंकी नाल सलाह करके दसू। वे गल की सलाह ही करनी है, सलाही पई गल तां आई गई हो जांदी है। ओए ओए तो मैं समझा रही थी बापू नूं। ओ नहीं बंतीए, ओ तो मेरा यार है, फिर की होया कर लैंदे ओनूं सलाह। वे सलाह दा यार है तेरा, यार ता यार दे मुंह गल निकलन तो पहला पूरी कर दंदे आ। हुण ता गल ठुसमुसी समझ। अब पुआ तू ही कुछ कर, असी हाथ खड़े करते। वे गल सुन मुफ्ती ओए मुफ्ती, बंती जे एदा काम करन लगी ता अग लगने ढिड नूं ला के थोड़े सुटना, नाले जद तक बंती दे हाथ गर्म नहीं हुंदे तद तक ता गोड्यां च ग्रीस ही नहीं उतरदा। लै वे बस सौ दा ही पत्ता, सौ दे पत्ते नाल ता मुल दी तीवी भी नहीं आउंदी। हुण तुसी दोवें प्योपत घोड़े बेच के सौंजो, हुण ते बंती जाने ते बंती दा कम जाने। बंतीए तू कहना की चाहनी है? गुस्सा ना करी करतार सिंह, सच ता सच ही हुंदा है ना, लोकी पिंड च खंभा दी डारा बनाउंदे फिरदे आ। भाई करतार सिंह सरपंच दी कुड़ी। बोल बोल चुप क्यों हो गई है, की होया मेरी कुड़ी नु? जिते नाल इश्क दी पिंगा चूटदी फिरदी है। झूठ है बकवास है, पिंकी तां कदे नहीं कर सकदी। ते मैं कदों कहनी है वी ऐ हो सकदा है? मैं तां कहनी है वी तेरी कुड़ी तां अख पाया नहीं रड़कदी, पर लोकां दीआं गल्लां वी तां अखों ओले नहीं ना हुंदीआं। लोकी तां ऐ ही आखणगे वी करतारे दी साले दी धी है, तां ही नहीं वरजदा, अपनी धी हुंदी फेर किन्नी निगाह रखदा। बस कर बंतीए बस कर। भाई मैथों तां तेरी इज्जत दे बरखलाफ गल सुन के रिहा नहीं गया, मैं की करां, मेरा तां आग लगणा दिल ही इहो जिहा है। खैर इन्हां गल्लां नूं छड्ड, हुण कम्म दी गल ते आ जा। तेरी कुड़ी हो गई हुण जवान, इस तो पहला कि कोई होर पिटना पै जे तू एदे हथ पीले कर दे। पर बंतीए मुंडा भी ते ना। वैसे गल सुन, तेरे ख्याल च शेरा किदां दा? बंतीए ओदा ना कदे मुड़के ना नहीं मेरे सामने। वे मैं कानू असमस्तंडे दा ना लैणा होया, मैं तां उहनूं वेखणा भी नहीं चाहुंदी, पर मेरा कहण दा मतलब है ओह तों वी चकन्ना रही, ओहदी नीत वी मैनूं चंगी नहीं लगदी। चंगा भाई, मेरा काम तां तेरे कन्नी गल कढ़णा सी, हुण तू जाणे ते तेरी धी जाणे। नहीं ऐ मैं कदे नहीं होंदा। पिंकी ये किथे जा रही है? डैडी मैं अपनी सहेली को। झूठ, बिल्कुल झूठ, साफ साफ क्यों नहीं दस दी जीते नु मिलने जा रही है? हाँ डैडी। एदा मतलब है कि जो पिंड वाले कहंदे ने कि तू उनु चोरी चोरी मिलने जानी है वो ठीक कहंदे ने, मैं पूछना तू उस वेखा की है। डैडी की कमी है जीते च? वो पढ़िया लिखा है। पढ़िया लिखा? ओदे वर्गे पढ़े लिखे 35,000 ठुकरा खांदे फिरदे ने। ओए उस तो बत्ता पढ़िया लिखा तेरे कॉलेज दा चपरासी होएगा। डैडी जीता चपरासी नहीं है। जीता चपरासी नहीं है, वो ते वड्डा गवर्नर है, वड्डा लाड साहब है, जागीरदार है, जमीन दा मालिक है। पर तू भी कन खोल के सुन ले, जदों भी तेरा ब्याह होएगा किसे जागीरदार नाल होएगा, किसे मिल दे मालिक नाल होएगा, किसे ट्रका दे मालिक नाल होएगा, उस भुखे नंगे नाल नहीं होएगा। डैडी तुसी भी मेरी गल कन खोल के सुन लो, मैं आज तक तुहाडे की बोली नहीं, पर हुण बोल रही हां, जे मेरा ब्याह जीते नाल नहीं होया ते मैं सहर खा के मर जावांगी। बेशर्मे, यो दे सामने जबान चलानी है? मैं करना तेरा बंदोबस्त, चल अंदर। जे तू अज तो बात करो बाहर जान की कोशिश कीती तो मैं तेरिया लत्तां पान देंगा। पुत्र क्यों अपनी जिद टेढ़ी हुई है? लै रोटी खा ले। तुसी मैनू क्यों दुखी कर रहे? मैं तुहानू किन्नी वारी कहा मैंने खाना नहीं खाना नहीं खाना। मेरिया लत्ता छड जाओ मुंडे जाके जी तेनों टाल। अच्छा जी आओ भाई।
कहना जा रहा है खबरी बन के आई है। निकल जाए तो मैं कहना निकल जाए तो मेरे ड्रान तंकान के बावजूद तू करो बाहर जान की कोशिश की डैडी जीते नू। जीता 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 मैं तेरे मुंह जीते का ना सुनिया तो मैं तेनू जानू मार देंगा बैठोते एक बार नहीं सौ बार कहांगी जीता 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 प्यार नी।
पिंकी ने दादा रो रो के बुरा हाल कर लिया, ओदे बारे कुछ सोचो। ओए जा, ओए अपना काम कर जाके, बड़ा सिखिया देना है मैंने। मैं ता चलिया जाना, पर मैं इस घर दा नमक खादा ऐसे करके कह रहा हां भाई, जे और कुछ नहीं भुखी रही ता एक दिन ओ ए सारे महल माड़ियां, ए पैसा, ए जमीन, ए जायदाद, ए तुसी अपने नाल लेके जानी है, अपनी कुड़ी वास्ते बनाई है ना, ते जे ती ना रही फिर ए सोचन दा वेला नहीं। लानेदार जी कुछ करो। नहीं नहीं तीए, अपने डैडी को ए उनी रसीदा एनी जितनी करी दी पुत्र, आ रोटी खा ले चल। डैडी मैं सौ खाती है कि जब तक मैं जीते नु मिल नहीं लेती, अंत की मैं पानी भी नहीं पीवांगी। तुहानू ते अपने अमीरी नाल प्यार है, इसलिए तुसी मेरे हर माने तक खून करन ते तुले हो। अज पता लग्या कि माँ बाप का प्यार की हुंदा है। काश मेरे माँ बाप होते, वो मेरी एक खुशी लाए, अपनी सारी खुशियां कुर्बान कर देते। बस ये बस, होर ना ताने वार। तू ठीक है नहीं है, तू बिल्कुल ठीक है नहीं है। मैं तेनु प्यार नहीं कीता, बिल्कुल प्यार नहीं कीता तेनु। तू ता एवे इन्नी वड्डी हो गई है, एवे इन्नी वड्डी हो गई है। ठीक है, मां बाप अपना सब कुछ कुर्बान करके अलाउद नु पाल पोस के वड्डा कर देने, इसे लई ना कि वो जवान होके मापे नु ताने मार मार के उन्होंने मरण जोगा कर दे। डैडी कोई गल नहीं थी है, कोई गल नहीं, मैं होर बर्दाश्त कर लवांगा। तू अपने दिल की सपना कर ले, कुछ होर बाकी रह गया होवे तो वो भी कह ले पुत्र, वो भी कह ले। बेटे बच्चे तू की समझती है, मैं तेरी खुशियां खुश नहीं पुत्र, मैं तेरी खुशियां वास्ते अपने आप में तू ही फिरना है, मैं तेरी खुशियां वास्ते अपना सब कुछ बेच सकना है, अपने आप को बेच सकना है। ये तू सिर्फ एक जीते की गल कर रही है, मैं तेरे तो हजारों जीते कुर्बान कर सकना पुत्र, हजारों जीते कुर्बान कर सकना है। डैडी ये तू जा, जाके जीते को कह दे कि मैं तेरे रिश्ते ले ओदी मां को लोनू मंगांगा पुत्र, ओदी मां को लोनू मंगांगा। हाँ तैनू खुश देखने वास्ते मैं ओदी मिंता करांगा पुत्र, मैं ओदी मिंता करांगा। जीते पिंकी, पिंकी एक ही हाल बना ले अपना, तेरी जुदाई विच मोती कड़ियां गिन रहा सी। पिंकी वादा कर तू कदी भी मेरी जुदाई दी खूह सिटके नहीं जाएंगी। हुन जुदाई सा तू खूह से दूर दौड़ जाएगी, क्योंकि मेरी डैडी तेरी मम्मी नाल साडे रिश्ते दी गल करन जा रहे ने। सच? हाँ। पिंकी देख कर तारसिया, जिस दुख नु एक ते पत्थर रख के सारी जिंदगी कटी है, ओ गुनाह मैं तेरा किस ना माफ कर दिया। इस तो पहले के जीते नु पता चले कि तू ओदे प्यो दा कातिल है, चला जा तू, चला जा। पर तू मेरी गलत समझ तेज कौरे, जिस औरत ने परी जवानी विच अपना सुहाग गवा लिया होवे ओनु तू की समझाएगा। तेज कौरे मैं कुड़ी दा प्यो हां, मैं तेरे अगे हाथ जोड़ के अपनी धी वास्ते तेरे पुत्र जीते दा रिश्ता मंगन वास्ते आया। नहीं ऐ कदी नहीं हो सकदा, मैं आज ही जीते नू कह देंगी कि जिस कुड़ी ना तू प्यार करदा है ओदा प्यो तेरे प्यो दा। हां ते छोरे ना तनु छड़ पुत्र दे सो
ਬਾਬੀਆਂ ਵਰਗਾ ਬਾਬੀ ਨੇ ਮਾਰ ਜਾ ਬਾਬੀ ਨੇ ਮਾਰ ਜਾ ਕਦੀ ਨੀ ਦੱਸਾਂਗੀ ਕਦੀ ਨੀ ਦੱਸਾਂਗੀ ਆਪਣੇ ਪੁੱਤਰ ਨੂੰ ਕਦੀ ਨੀ ਦੱਸਾਂਗੀ ਤੈਨੂੰ ਪਤਾ ਹੈ ਨਾ ਕਿ ਤੂੰ ਉਸ ਮਹਾਨ ਆਦਮੀ ਦੀ ਕਰਾਲੀ ਹੈ ਜਿਹੜਾ ਆਪਣੇ ਸਿਰ ਤੇ ਦੁੱਖਾਂ ਦੀ ਪੰਡ ਰੱਖ ਕੇ ਸਾਰੇ ਪਿੰਡ ਵਾਲਿਆਂ ਦੇ ਦਿਲਾਂ ਨੂੰ ਖੁਸ਼ੀ ਨਾਲ ਭਰਦਾ ਸੀ ਤੇ ਤੂੰ ਆਪਣੇ ਦੋਵੇਂ ਬੱਚਿਆਂ ਦੀ ਖੁਸ਼ੀ ਵਾਸਤੇ ਮੇਰੀ ਝੋਲੀ 'ਚ ਇੱਕ ਹਾਂ ਦਾ ਲਫ਼ਾ ਸੁੱਟ ਦੇ ਨਾ ਨਾ ਆਖੀ ਹਾਂ ਕਹਿ ਦੇ ਹਾਂ ਤੂੰ ਮੇਰੇ ਪਤੀ ਦਾ ਵਾਸਤਾ ਦੇ ਕੇ ਮੈਨੂੰ ਮਜਬੂਰ ਕਰ ਦਿੱਤਾ ਕਰਤਾਰ ਸਿੰਘ ਜਾ ਆਪਣੀ ਕੁੜੀ ਦੇ ਵਿਆਹ ਦੀ ਤਿਆਰੀ ਕਰ ਮੇਰਾ ਪੁੱਤਰ ਤੇਰੀ ਧੀ ਦੀ ਡੋਲੀ ਲੈ ਕੇ ਆਏਗਾ ਸ਼ਹਿਰ ਵਰਗਾ ਨੀ ਚੰਡੀਗੜ੍ਹ ਸ਼ਹਿਰ ਵਰਗਾ
ਦੇਖਿਆ ਨਸ਼ਾ ਚੜ ਜਾਵੇ ਬੰਤੋ ਤੂੰ ਪੀਮ ਦੀ ਡੱਬੀ ਮੈਂ ਗੱਲ ਹੀ ਨੀ ਕਰਦੀ ਹੁਣ ਤਾਂ ਫਿਰ ਰੁੜ ਜਾਣਿਆ ਬੁੱਢਿਆ ਕੁੱਕੜਾ ਮੈਂ ਤੈਨੂੰ ਗੱਪੀਆਂ ਦੀ ਗਲੀ ਤੋਂ ਵੇਖਦੀ ਆ ਰਹੀ ਹਾਂ ਤੂੰ ਮੇਰਾ ਪਿੱਛਾ ਹੀ ਕਰਦਾ ਆ ਰਿਹਾ ਕੀ ਸਲਾਹ ਹੈ ਵੇ ਤੇਰੀ ਨਾ ਮੈਨੂੰ ਤੂੰ ਬੁੜਾ ਕੁੱਕੜ ਜਾਜੀ ਆ ਤੂੰ ਖੀੜੀ ਆ ਨਾਲੇ ਗਲੀ ਤੋਂ ਮੁੱਲ ਲੈ ਲਈ ਵੀ ਮੈਂ ਨੀ ਵਿੱਚੋਂ ਨਹੀਂ ਲੰਘ ਠੱਗਦਾ ਵੇ ਜੇ ਭੋਰਾ ਸ਼ਰਮਈਆ ਹੈ ਤਾਂ ਡੁੱਬ ਕੇ ਮਰ ਜਾ ਕਿਧਰੇ ਆਪਣੀ ਕੋਠੇ ਜਿਹੀ ਕੁੜੀ ਤੇ ਤਾਂ ਸੰਭਾਲੀ ਨਹੀਂ ਜਾਂਦੀ ਤੇ ਬੰਤੀ ਤੇ ਐਵੇਂ ਲਾਣਾ ਟਪਕਾਉਣਾ ਫਿਰਨਾ ਮੇਰੀ ਕੁੜੀ ਤਾਂ ਬੜੀ ਸ਼ਹੂ ਹੈ ਉਈ ਨਹੀਂ ਕਿਸੇ ਵੱਲ ਅੱਖ ਚੱਕ ਕੇ ਵੇਖਦੀ ਆਹੋ ਆਹੋ ਅੱਖ ਚੱਕ ਕੇ ਨਹੀਂ ਵੇਖਦੀ ਕਿਸੇ ਵੱਲੋਂ ਤਾਂ ਜੇ ਅੱਖ ਚੱਕ ਕੇ ਨਹੀਂ ਵੇਖਦੀ ਤਾਂ ਮੇਰੂ ਦੀਆਂ ਅੱਖਾਂ ਚੱਖਾਂ ਪਾ ਕੇ ਤਾਂ ਗਿਟਮਿਟ ਕਰਦੀ ਫਿਰਦੀ ਹੈ ਨਾ ਗੱਲ ਸੁਣ ਆਪਣੀ ਕੁੜੀ ਨੂੰ ਸੰਭਾਲ ਤੇ ਫੇਰ ਲੋਕਾਂ ਦੀਆਂ ਧੀਆਂ ਭੈਣਾਂ ਵੱਲ ਤਾੜੀ ਓਏ ਅਮਲੀ ਭਲਵਾਨਾ ਆ ਕੀ ਸੁਣ ਰਿਹਾ ਮੇਰੀ ਤਾਂ ਛੋੜੇ ਦੀ ਛਾੜੀ ਖਾਧੀ ਪੀਤੀ ਲੈ ਗਈ ਮੁੰਡਿਆ ਕੜੀ ਜੀ ਚਾਹ ਬਣਾ ਮੱਲਾ ਅਮਲੀਆ ਫਤੂ ਏਦਾਂ ਦੀ ਲੱਗਦੀ ਤਾਂ ਹੈ ਨੀ ਓਏ ਬਾਬਾ ਓਏ ਤੂੰ ਕਿਵੇਂ ਤੌਣ ਸਿੱਟੀ ਬੈਠਾ ਹੈ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ ਤੂੰ ਇੱਥੇ ਬੈਠਾ ਲੋਕਾਂ ਦੀਆਂ ਧੀਆਂ ਪਾਇਆ ਤਾੜਦਾ ਘਰੇ ਪੈ ਤੇ ਜਾ ਕੇ ਰੱਬ ਦਾ ਨਾਂ ਲੈ ਇਹ ਕੰਮ ਮੁੰਡੇ ਖੁੰਡਿਆਂ ਦਾ ਮੈਂ ਦੱਸਾਂ ਚੁੱਪ ਕਰੋ ਬਦਮਾਸ਼ਾ ਮੈਨੂੰ ਤੇਰੀ ਨਿਗਾਹ ਠੀਕ ਨਹੀਂ ਲੱਗਦੀ ਨਾ ਮੇਰੀ ਅੱਖਾਂ 'ਚ ਕੁਕਰੇ ਪਏ ਹੋਏ ਆ ਜਾਂ ਮੈਂ ਕਿਸੇ ਨੇ ਚੋਰੀ ਕਰ ਲਿਆ ਚੋਰੀ ਕੀਤਾ ਨਹੀਂ ਕਰ ਲੇਗਾ ਮੇਰੇ ਜਿਗਰ ਦਾ ਟੁਕੜਾ ਮੇਰੀ ਧੀ ਪੱਤੋ ਤੂੰ ਆ ਤੂੰ ਦੰਦੇ ਕੀ ਕੱਢੀ ਜਾਂਦਾ ਮੈਨੂੰ ਬੰਤੀ ਸਭ ਕੁਝ ਦੱਸ ਗਈ ਉਹ ਮੈਂ ਕਿਹਾ ਬਾਬਾ ਬੰਤੀ ਦਾ ਝੂਠ ਬੋਲਦੀ ਹੈ ਉਹ ਤਾਂ ਸਾਰੇ ਪਿੰਡ ਦਾ ਝੂਠ ਨਾ ਆਪਦੀ ਚੋਰੀ 'ਚ ਪਾਈ ਫਿਰਦੀ ਹੈ ਤੈਨੂੰ ਭਲਾ ਪਤਾ ਕਿ ਮੈਂ ਇਹੋ ਜਿਹਾ ਬੰਦਾ ਹੈਗਾ ਉਹ ਮੈਂ ਤਾਂ ਲੋਕਾਂ ਦੀਆਂ ਕੁੜੀਆਂ ਨੂੰ ਪਿੰਡ ਦੀਆਂ ਧੀਆਂ ਪੈਣਾ ਸਮਝਦਾ ਆ ਗੱਲ ਕਿੰਨੀ ਨਹੀਂ ਲੱਗਦੀ ਉਹ ਬੰਤੀ ਦਾ ਛੋੜੀ ਝੂਠਦਾ ਪੈਂਦਾ ਚੰਗਾ ਬਾਬਾ ਉਹ ਤੂੰ ਨੂੰ ਬਾਬਾ ਨੇ ਕਿਆ ਕਰ ਉਹ ਗੱਲ ਇਹ ਹੈ ਕਿ ਮੈਂ ਬਾਬੇ ਨੂੰ ਚਾਚਾ ਕਹਿ ਬਹਿਣਾ ਤੇ ਚਾਚੇ ਨੂੰ ਬਾਬਾ ਕਹਿ ਬਹਿਣਾ ਜਦੋਂ ਮੈਂ ਤੈਨੂੰ ਬਾਬਾ ਕਿਆ ਕਰਨਾ ਤੂੰ ਨੂੰ ਚਾਚਾ ਹੀ ਸਮਝਿਆ ਕਰ ਮੈਂ ਚੱਲਿਆ ਮੈਂ ਕਿਸੇ ਨੂੰ ਮਿਲਣਾ ਕਿਹਨੂੰ ਮਿਲਣਾ ਫੱਤੋ ਨੂੰ ਫੱਤੋ ਨੂੰ ਉੱਠਿਆ ਤਾਂ ਜਾ ਉਹ ਮੇਰੀ ਗੱਲ ਤਾਂ ਸੁਣ ਮੇਰਾ ਮਤਲਬ ਹੈ ਕਿ ਮੈਂ ਫੱਤੋ ਨੂੰ ਐ ਮਿਲਣਾ ਕਿ ਮੈਂ ਫੱਤੋ ਨੂੰ ਜਾ ਕੇ ਸਮਝਾਉਣਾ ਕਿ ਮੈਨੂੰ ਬੰਤੂ ਦੇ ਹੱਥ ਨਾ ਚੜ ਜੀ ਬੰਤੀ ਕੋਈ ਬਹੁਤ ਹੀ ਚੰਗੀ ਔਰਤ ਨਹੀਂ ਮੈਂ ਦੱਸਾਂ ਹਾਂ ਹਾਂ ਗੱਲ ਸੁਣ ਜਾ ਫਿਰ ਜਾ ਸਮਝਾ ਉਹਨੂੰ ਮੈਂ ਵੀ ਆਉਣਾ ਘਰ ਨੂੰ ਤੂੰ ਠਹਿਰ ਕੇ ਆ ਜੀ ਪਹਿਲਾਂ ਮੈਂ ਉਹਨਾਂ ਗੱਲਾਂ ਕਰੂੰਗਾ ਤੇ ਰਲ ਉਹਨੂੰ ਸਮਝਾਉਂਗਾ ਤੇ ਜਦੋਂ ਮੈਂ ਸਮਝਾਦਾ ਨਾ ਫਿਰ ਤੂੰ ਵੀ ਆ ਜੀ ਚੰਗਾ ਮੈਂ ਚੱਲਿਆ ਮੈਨੂੰ ਲੱਗਦਾ ਫੱਤੋ ਹੀ ਬੈਠੀ ਹੈ ਮੇਰੀ ਵਾਰ ਤੂੰ ਹਾਂ ਪਰ ਤੂੰ ਇੱਥੇ ਬੈਠੀ ਪਾਸਿਆਂ ਕੋਲ ਜਾਣੀ ਹੈ ਤੇ ਮੈਂ ਤੈਨੂੰ ਘਰੇ ਪਾਲਣ ਚੱਲਿਆ ਸੀ ਕੀ ਹੋ ਗਿਆ ਹੋਣਾ ਕੀ ਸੀ ਪੰਗਾ ਪੈ ਗਿਆ ਕਾਹਦਾ ਪੰਗਾ ਬਈ ਉਹ ਜਿਹੜੀ ਬੰਤੀ ਹੈ ਨਾ ਉਹਨੇ ਸਾਰੀਆਂ ਗੱਲਾਂ ਤੇਰੇ ਪਿਓ ਨੂੰ ਦੱਸੀਆਂ ਦੱਸ ਦਿੱਤੀਆਂ ਹਾਂ ਬਈ ਕਿਵੇਂ ਆਪਾਂ ਰਾਤ ਨੂੰ ਮਿਲਦੇ ਹੁੰਦੇ ਆ ਕਿਵੇਂ ਆਪਾਂ ਪਿਆਰ ਦੀਆਂ ਗੱਲਾਂ ਕਰਦੇ ਹੁੰਦੇ ਆ ਉਹ ਤਾਂ ਮੈਂ ਚੰਗਾ ਹੋ ਗਿਆ ਗੱਲ ਨੂੰ ਬਚਾ ਗਿਆ ਨਹੀਂ ਉਹ ਤਾਂ ਪੂਸੇ ਸਾਨ ਵਾਂਗ ਮੇਰੇ ਮਗਰ ਪੈ ਗਿਆ ਸੀ ਚਲੋ ਚੰਗਾ ਹੋਇਆ ਚੰਗਾ ਕੀ ਹੋ ਗਿਆ ਤੇਰੇ ਬਗੈਰ ਮੇਰਾ ਦਿਲ ਨਹੀਂ ਲੱਗਦਾ ਫਤੋ ਮੇਰਾ ਵੀ ਤੇਰੇ ਬਗੈਰ ਦਿਲ ਨਹੀਂ ਲੱਗਦਾ ਸਾਰੀ ਰਾਤ ਸੁਪਨੇ ਆਉਂਦੇ ਰਹਿੰਦੇ ਆ ਮੈਨੂੰ ਵੀ ਤੇਰੇ ਸੁਪਨੇ ਆਉਂਦੇ ਰਹਿੰਦੇ ਮੇਰਾ ਦਿਲ ਕਰਦਾ ਵੀ ਦਿਨ ਰਾਤ ਤੇਰੇ ਕੋਲੇ ਬੈਠਾ ਰਹਾ ਮੇਰਾ ਵੀ ਦਿਲ ਇਹੋ ਕਰਦਾ ਕਿ ਮੈਂ ਦਿਨ ਰਾਤ ਤੇਰੇ ਕੋਲ ਬੈਠੀ ਰਵਾਂ ਪਰ ਹੁਣ ਕੋਈ ਚੱਕਰ ਤੇ ਚਲਾ ਆਪਾਂ ਕਦੋਂ ਤੱਕ ਲੁਕ ਲੁਕ ਕੇ ਮਿਲਦੇ ਰਵਾਂਗੇ ਇਹ ਵੀ ਗੱਲ ਠੀਕ ਹੈ ਚੱਕਰ ਤਾਂ ਮੈਨੂੰ ਚਲਾਉਣਾ ਚਾਹੀਦਾ ਹਾਂ ਦੇਖੀ ਕੜਾਕੇਦਾਰ ਚੱਕਰ ਚੱਕਰ ਤਾਂ ਮੇਰੇ ਹੱਥ 'ਚ ਆ ਗਿਆ ਹੁਣ ਤੂੰ ਦੇਖੀ ਜਾਈ ਤੇਰਾ ਪਿਓ ਕਿਵੇਂ ਲੈ ਲਿਆ ਕਰਦਾ ਫਿਰੂਗਾ ਬਸ ਤੂੰ ਆ ਕਰ ਤੂੰ ਤੂੰ ਕਰਨ ਜਾ ਮੇਰੂਆ ਇਹ ਤਾਂ ਆਪਾਂ ਪਿੱਛੋਂ ਕਰ ਲਾਂਗੇ ਤੂੰ ਪਰ ਕਰਨ ਦਾ ਜਾ ਮੈਨੂੰ ਕੰਮ ਦਾ ਸੰਭਾਲਣ ਦੇ ਹਾਂ ਜਾ ਹਾਂ ਹੁਣ ਦੇਖੀ ਮੈਂ ਕਿਵੇਂ ਕਰਨਾ ਬੰਦਿਆ ਇਹ ਜਗ ਚਾਰ ਦਿਨਾਂ ਦਾ ਮੇਲਾ ਉਹ ਤੂੰ ਪਾਲਦਾ ਦੌਲਤ ਬੰਦਿਆ ਪੱਲੇ ਨੀ ਰਹਿਣਾ ਤੇਲਾ ਤੇਲਾ ਇਹ ਜਗ ਚਾਰ ਦਿਨਾਂ ਦਾ ਮੇਲਾ ਬੜੀ ਪੈਨ ਬਾਬਾ ਜੀ ਤੁਸੀਂ ਕਿੱਧਰ ਨੂੰ ਚੱਲੇ ਹੋ ਮੈਂ ਕਿਹਾ ਕਿੱਧਰੋਂ ਆ ਰਹੇ ਹਾਂ ਕਿੱਧਰੋਂ ਜਾ ਰਹੇ ਹਾਂ ਮਰਜ਼ੀ ਜਾਈਏ ਜਿੱਧਰੋਂ ਮਰਜ਼ੀ ਆਈਏ ਸੋਨੂੰ ਦਾ ਕੀ ਮਤਲਬ ਆ ਬਾਬਾ ਜੀ ਮੇਰੀ ਥੋੜੀ ਜੀ ਸਮੱਸਿਆ ਹੈ ਦੱਸੋ ਕੀ ਸਮੱਸਿਆ ਛੇਤੀ ਦੱਸੋ ਮੈਂ ਜਾਣਾ ਹੈ ਬਾਬਾ ਜੀ ਚਲੇ ਜਿੱਧਰ ਮਰਜ਼ੀ ਜਾਇਓ ਮੇਰੇ ਘਰ ਜਾਣਾ ਜੇ ਚਰਨ ਪਾ ਜਾਓ ਪਰ ਮੈਂ ਤਾਂ ਕੀਰਤਨ ਤੇ ਜਾਣਾ ਹੈ ਇੱਕ ਮੈਂ ਸਤਸੰਗ ਤੇ ਜਾਣਾ ਇੱਕ ਮੈਂ ਕਿਸੇ ਨੂੰ ਗਿਆਨ ਦੇਣ ਜਾਣਾ ਮੈਂ ਕਿਸੇ ਨੂੰ ਸਮਝਾਉਣ ਜਾਣਾ ਮੇਰੇ ਕੋਲ ਟਾਈਮ ਬਹੁਤ ਘੱਟ ਹੈ ਬੱਚਾ ਬਾਬਾ ਜੀ ਥੋੜਾ ਜਿਹਾ ਟਾਈਮ ਕੱਢ ਲਓ ਮੈਨੂੰ ਤੇ ਜਾਤੀ ਚਲੋ ਫਿਰ ਆਜੋ ਪਹਿਲਾਂ ਇੱਧਰ ਹੋ ਲੈਣੇ ਆਜੋ 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 ਚਲੋ ਚਲੋ ਬਾਬਾ ਜੀ ਬਹਿ ਜਾ ਫਿਰ ਧੀਏ ਆ ਜਾ ਬਾਬਾ ਜੀ ਪੈੜੀਆਂ ਚ ਨਾ
आशीर्वाद देवांगे, कुछ समझावांगे, तेरे अंदर ज्ञान का चानल पावांगे। बाबा जी कुछ अमली ते भी कृपा कर दियो। तेरे से भी कृपा करांगे बेटा, ले हाथ दिखा दा। हेलो बाबा जी। ओए तू कुड़ी दा प्यो हो गए किसे बब्बे ना दी कुड़ी नाल, मतलब बुरी नाल इश्क चाड़ी जाना है। बाबा जी बुरी निगाह रखी बैठा है। अच्छा अच्छा बड़ी हौली बोलो। जी हौली कहोगे तो हौली बोलेंगे, जी ऊंची कहोगे तो ऊंची बोलेंगे। अगे तो मैं गलत ध्यान रखूं। ਹੁਣ ਗੱਲ ਸੁਣ, 100 ਕਿਲੋ ਦੁੱਧ ਕੁੱਤੀ ਦੇ ਕਤੂਰੇ ਨੂੰ ਪਿਲਾ ਦੀ, ਤੇਰਾ ਕਲਿਆਣ ਹੋਊਗਾ। ਅੱਛਾ ਬਾਬਾ ਜੀ ਕਰ ਦਿੰਨਾ, ਪਰ ਹੁਣ ਤੁਸੀਂ ਮੇਰੀ ਬੱਚੀ ਦਾ ਹੱਥ ਦੇਖ ਲਓ। ਲੈ ਬੱਚਾ ਹੱਥ ਦਿਖਾ। ਐ ਪਬਾ ਪਬਾ ਬਾਬਾ 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 ਕਮਾਲ। ਉਹ ਕੱਲਾ ਬਾਗ ਦਾ ਬਾਲੀ ਨਹੀਂ ਆਉਂਦਾ, ਕੋਠੇ ਟੱਪਣੀਏ ਨੀ ਕੋਠੇ ਟੱਪਣੀਏ। ਤੇਰੀ ਧੀ ਵੀ ਕੋਠੇ ਟੱਪ ਕੇ ਉਹਦੇ ਕੋਲ ਜਾਂਦੀ ਆ। ਪੁੱਛ ਲਓ ਪੁੱਛ ਲਓ, ਪਹਿਲਾਂ ਪੁੱਛ ਲਓ। ਕੁੜੀਏ ਕਜਮਾ ਨੂੰ ਗਾਣੀਏ, ਐ ਪ੍ਰਤੁੱਤਾ ਕਰਨ ਜੰਮੀ ਜੀ ਤੂੰ ਤੂੰ ਮੇਰੀ ਦਾੜੀ ਚ ਫੁੱਲ ਪਵਾ ਦੇ। ਓਏ 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 ਇੱਥੇ ਜੂਤ ਪਤੰਗ ਨਾ ਹੋ, ਜਿੱਥੇ ਸੰਤ ਮਹਾਰਾਜ ਬੈਠੇ ਹੋਣ ਉੱਥੇ ਜੂਤ ਪਤੰਗ ਹੋਣ ਦੀ ਲੋੜ ਨਹੀਂ ਹੁੰਦੀ। ਵੀ ਤੁਸੀਂ ਸੰਤਾਂ ਦੇ ਪੈਰੀਆਂ ਤੇ ਲਾਓ, ਫਿਰ ਆਪੇ ਕਲਿਆਣ ਹੋ ਜਾਊਗਾ। ਬਾਬਾ ਜੀ ਜਿਉਂਦੇ ਰਹੋ। ਹਾਂ ਹੁਣ ਤੁਸੀਂ ਐਂ ਕਰੋ, ਤੁਸੀਂ ਪਾਣੀ ਦਾ ਗਲਾਸ ਲੈ ਕੇ ਆਓ, ਔਰ ਉਹਦੇ ਉੱਤੇ ਕੌਲੀ ਰੱਖ ਕੇ ਦੋ ਲਾਓ, ਦੋ ਲੈਚੀਆਂ ਤੇ ਕਿਨੇ ਕਿਹੜਾ ਫੁੱਲ ਰੱਖ ਕੇ ਲਿਆਓ, ਤੇ ਗਾਂ ਸੁਣ ਮਾਪੇ ਸਮਝਾ ਦੂੰਗਾ। ਜਾਓ ਹਾਂ ਉੱਪਰ ਬਹਿ ਜਾਓ। ਸੰਤ ਲੋਕ ਨਾ ਕੁੜੀਆਂ ਨੂੰ ਨੀਚੇ ਨਹੀਂ ਬਿਠਾਉਂਦੇ, ਮਤਲਬ ਮੁੰਜੇ ਨਹੀਂ ਬਿਠਾਉਂਦੇ। ਮੈਨੂੰ ਪਛਾਣਨ ਦੀ ਕੋਸ਼ਿਸ਼ ਕਰੋ ਬਾਬਾ ਜੀ, ਪਛਾਣਨ ਦੀ ਕੋਸ਼ਿਸ਼ ਕਰੋ ਬਾਬਾ ਜੀ। ਮੈਂ ਭਲਾ ਤੁਹਾਨੂੰ ਕੀ ਪਛਾਣਾ, ਤੁਸੀਂ ਤੇ ਬੜੇ ਗਿਆਨੀ ਧਿਆਨੀ ਹੋ। ਮੈਂ ਤਾਂ ਬਹੁਤ ਬੁੱਧੀਮਾਨੀ ਵੀ ਹੈ, ਤੂੰ ਮੈਨੂੰ ਪਛਾਣਦੀ ਕਿਉਂ ਨਹੀਂ? ਮੈਂ ਤੇਰਾ ਬੇਰੂ। ਮੇਰੂ ਤੂੰ? ਹਾਂ ਫਤੋ ਮੇਰੂ, ਫਤੋ ਮੇਰੂ, ਫਤੋ ਮੇਰੂ। ਬਾਬਾ ਜੀ ਅੱਲੇ ਜੀ ਲੰਗ ਫੁੱਲ ਮਿਲਿਆ ਨਹੀਂ, ਮੈਂ ਤਾਂ ਪਾਣੀ ਲੈ ਆ। ਅੱਛਾ ਅੱਛਾ ਠੀਕ ਹੈ, ਅਸੀਂ ਤੇਰੀ ਕੁੜੀ ਨੂੰ ਸਮਝਾਤਾ ਤੇ ਗਿਆਨ ਦਾ ਪਟਾਰਾ ਇਹਦੇ ਅੰਦਰ ਪਾਤਾ, ਪਰ ਮੈਂ ਤੇਰੇ ਮਸਤਕ ਨੂੰ ਦੇਖ ਕੇ ਤੇ ਤੇਰੇ ਹੱਥ ਨੂੰ ਦੇਖ ਕੇ ਕਹਿ ਰਿਹਾ ਕਿ ਸ਼ਨੀ ਦੇਵਤਾ ਤੇਰੇ ਘਰ ਦੇ ਗੇੜੇ ਮਾਰੇ ਹੈ, ਤੇਰੇ ਘਰ ਦੇ ਗੇੜੇ ਮਾਰੇ ਹੈ, ਔਰ ਤੈਨੂੰ ਫੜ ਕੇ ਨਿਚੋੜ ਨੂੰ ਬੈਠਾ ਰਾਹੂ ਰਾਹੂ, ਤੇਰੀ ਗਿੱਟੀ ਫੜ ਕੇ ਤੈਨੂੰ ਚਾ ਕੇ ਤੇ ਗਾਰੇ ਛੱਡਣ ਨੂੰ ਬੈਠਾ ਹੈ ਕਿ ਤੂੰ ਮਾਂ 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 ਸਾਰੇ ਟੱਬਰ ਨੂੰ ਖਾਣ ਨੂੰ ਫਿਰਦਾ ਹੈ। ਬਾਬਾ ਜੀ ਕੋਈ ਉਪਾਏ ਕਰੋ। ਇਹਦਾ ਪਾਏ ਇਹਦਾ ਪਾਏ ਇਹਦਾ ਪਾਏ ਇਹਦਾ ਪਾਏ ਵੀ ਦੱਸਾਂਗੇ। ਕੰਨਿਆਂ ਦੀ ਸ਼ਾਦੀ? ਸ਼ਾਦੀ ਬਾਬਾ ਜੀ 8 ਦਿਨਾਂ ਦੇ ਅੰਦਰ ਅੰਦਰ। ਉਹ ਬੜਕੜਾ ਹੈ ਕਿਹਦੇ ਨਾਲ ਕੋਈ ਮੁੰਡਾ ਤਾਂ ਨਿਗਾਹ 'ਚ ਹੋਵੇ ਮੁੰਡਾ। ਮੰਮਾ ਮੰਮਾ ਰਾਰਾ, ਮੁੰਡੇ ਦਾ ਨਾਮ ਮੰਮੇ ਤੋਂ ਸ਼ੁਰੂ ਹੁੰਦਾ ਹੈ ਤੇ ਰਾਰੇ ਨਾਲ ਖਤਮ ਹੁੰਦਾ ਹੈ, ਤੇ ਵਿਚਾਰੇ ਕੋਈ ਅੱਖਰ ਨਹੀਂ, ਤੇਰੇ ਨਾਲ ਲੜਦਾ ਝਗੜਦਾ ਵੀ ਰਹਿੰਦਾ ਹੈ, ਔਰ ਤੈਨੂੰ ਕਦੇ ਕਦੇ ਮਿਲਣ ਦੀ ਕੋਸ਼ਿਸ਼ ਵੀ ਕਰਦਾ ਹੈ, ਕਦੇ ਕਦੇ ਤੈਨੂੰ ਰੁਕਾ ਵੀ ਰੱਖਦਾ ਹੈ। ਬਾਬਾ ਜੀ ਕਿਤੇ ਮਿਲ ਤਾਂ ਨਹੀਂ? ਹਾਂ ਮੇਰੂ ਹੀ ਹੈ, ਫਿਰ ਤੁਹਾਡੇ ਪਿੰਡ 'ਚ ਹੀ ਰਹਿੰਦਾ ਹੈ ਨਾ? ਰਹਿੰਦੇ ਫਿਰ ਤਾਂ ਮੇਰੂ ਹੀ ਹੈ, ਉਹਨੂੰ ਮਨਾ ਲਓ ਤੇ ਉਹਦੇ ਨਾਲ ਵਿਆਹ ਕਰ ਦਿਓ, ਤੁਸੀਂ ਸੁਖੀ ਬਸੋਗੇ। ਬਸ ਹੁਣ ਮੈਂ ਦੱਸਦਾ, ਚਾਹੇ ਹੋ ਨਹੀਂ ਮੇਰੀ ਬਿਲਕੁਲ ਇਨਕਾਰੀ ਹੈ, ਮੈਂ ਤੇਰੀ ਕੁੜੀ ਨਾਲ ਸ਼ਾਦੀ ਨਹੀਂ ਕਰ ਸਕਦਾ। ਉਹ ਦਿਨ ਭੁੱਲ ਗਿਆ ਜਦੋਂ ਮੈਨੂੰ ਕਹਿੰਦਾ ਸੀ ਮੈਂ ਪਿੰਡ ਦੇ ਲੋਕਾਂ ਤੋਂ ਤੇਰੇ ਚੰਗਾ ਪਰਵਾਉਂਗਾ, ਕਰਤਾਰੇ ਭਲਵਾਨ ਤੋਂ ਤੇਰੇ ਜੁੱਤੀਆਂ ਪਵਾਉਂਗਾ, ਤੇ ਨਾਲੇ ਮੈਨੂੰ ਕਹਿੰਦਾ ਸੀ ਤੇਰੀ ਨਿਗਾਹ ਮੇਰੀ ਕੁੜੀ ਤੇ ਚੰਗੀ ਨਹੀਂਗੀ। ਨਹੀਂ ਪੁੱਛ ਨਹੀਂ, ਤੂੰ ਤਾਂ ਬਹੁਤ ਬੀਬਾ ਮੁੰਡਾ ਹੈ, ਦੇਖ ਮੈਂ ਤੇਰੀਆਂ ਮਿੰਟਾਂ ਕਰਦਾ, ਮੰਨ ਜਾ ਮੇਰੀ ਚੀਜ਼ ਨਾਲ ਵਿਆਹ ਕਰ ਲੈ। ਲੈ ਮੈਂ ਆਪਣੀ ਪੱਗ ਤੇਰੇ ਪੈਰਾਂ 'ਚ ਰੱਖ ਲਈ। 2 ਰੁਪਈਆਂ ਦੇ ਪਰਨੇ ਨੂੰ ਤੂੰ ਪੱਗ ਕਹਿ ਰਿਹਾ ਹੈ? ਆਖਿਰਕਾਰ ਮੇਰੀ ਵੀ ਕੋਈ ਇੱਜ਼ਤ ਹੈ, ਮੈਂ ਵਿਆਹ ਨਹੀਂ ਕਰਵਾ ਸਕਦਾ। ਉਹ ਪੁੱਤ ਜਿੱਦ ਨਹੀਂ ਕਰੀ ਦੀ, ਗਰੀਬ ਦੇ ਦਰ ਤੋਂ ਧੀ ਉੱਠ ਜੂ। ਚੱਲ ਖੈਰ, ਜੇ ਤੂੰ ਬੜਾ ਕਹਿਣਾ ਤਾਂ ਮੈਂ ਤੇਰੀ ਕੁੜੀ ਨਾਲ ਸ਼ਾਦੀ ਕਰਨ ਨੂੰ ਤਿਆਰ ਹਾਂ, ਪਰ ਮੇਰੀਆਂ ਕੁਝ ਸ਼ਰਤਾਂ ਹੈ। ਦੱਸ ਪੁੱਤੂ ਵੀ ਦੱਸ ਦੇ। ਪਹਿਲੀ ਸ਼ਰਤ ਇਹ ਹੈ ਕਿ ਮੈਨੂੰ ਮੂਲੀਆਂ ਗਾਜਰਾਂ ਤੇ ਸ਼ਲਗਮ ਠੰਡੇ ਖਾਣ ਦੀ ਆਦਤ ਪੈ ਗਈ, ਆ ਮੈਨੂੰ ਫ੍ਰਿਜ ਚਾਹੀਦਾ। ਉਹ ਫ੍ਰਿਜ ਕੀ ਕਰੇਗਾ ਪੁੱਤ, ਪਿੰਡ 'ਚ ਬਿਜਲੀ ਦਾ ਲੰਗੇ ਡੰਗਾਉਂਦੀ ਹੈ। ਚਲੋ ਠੀਕ ਹੈ, ਮੈਨੂੰ ਟੈਲੀਵਿਜ਼ਨ ਚਾਹੀਦਾ, ਮੈਨੂੰ ਚਲਦੀਆਂ ਫਿਰਦੀਆਂ ਮੂਰਤਾਂ ਤੇ ਡਾਂਸ ਕਰਦੀਆਂ ਕੁੜੀਆਂ ਬਹੁਤ ਚੰਗੀਆਂ ਲੱਗਦੀਆਂ। ਟੈਲੀਵਿਜ਼ਨ ਨੇ ਛੇੜ ਮਾਰਨੇ, ਜਦੋਂ ਮੂਰਤਾਂ ਆਉਂਦੀਆਂ ਨੇ ਤੂੰ ਤਾਂ ਪਿੰਡੇ ਚੌਂਕੀਦਾਰੀ ਕਰਨ ਜਾਂਦਾ। ਐਂ ਤਾਂ ਤੂੰ ਕੁੜੀ ਤੋਂ ਹੀ ਮੁੱਕਰ ਜਾਏਗਾ, ਬਈ ਮੈਂ ਤਾਂ ਰਾਤ ਨੂੰ ਚੌਂਕੀਦਾਰੀ ਕਰਨੀ ਹੁੰਦੀ ਹੈ ਤੇ ਕੁੜੀਆਂ ਮੈਂ ਕੀ ਕਰਨਾ? ਉਹ ਤੂੰ ਫਿਕਰ ਨਾ ਕਰੀ, ਜਦੋਂ ਲੋਕ ਸੌ ਜਾ ਕਰਨਗੇ ਨਾ ਤਾਂ ਮੈਂ ਲਲਕਾਰਾ ਮਾਰ ਕੇ ਘਰੇ ਪਹੁੰਚ ਜਾ ਕਰੂੰਗਾ, ਤੇ ਜਾ ਕੇ ਫੱਤੂ ਨਾਲ ਗੱਲਾਂ ਕਰ ਲਿਆ ਕਰੂੰਗਾ, ਮਿੱਠੀਆਂ ਮਿੱਠੀਆਂ, ਤੇ ਨਾਲੇ ਦਹੇਜ ਦੀ ਗੱਲ ਨੂੰ ਰਹਿਣ ਹੀ ਦਿੰਦੇ ਹਾਂ ਕਿਉਂਕਿ ਦਹੇਜ ਲੈਣ ਤੋਂ ਮੈਂ ਬਹੁਤ ਹੀ ਨਫ਼ਰਤ ਕਰਦਾ ਹੈ।
दस बी मैं जी शादी करनी है साल नू करनी है दो साल नू करनी है ना पुत्र अठा दिन अंदर अंदर अठा दिन अठा दिन मेरी तैयारी नहीं होनी वो मैं आपे कर लू छड़ दू फिर चंगा जा छे दिन तैयारी कर चंगा हाँ। मैं चलिया दिलीप भाई को ठीक है वाह रबा ओद मैं बोवना साध बन के जो डायरा सुनाया ओदे वो डर गया तो मेरे हर एक दिन लग गया वाह हूँ मैं पिंड के लोगों का डर नहीं गा मैं पिंड के लोगों दुतियों का भी डर नहीं गा मैं भलवान का भी डर नहीं गा हूँ मौजा हो गया जो तो मर्जी गल कर करिए वाह चल ठीक है सनेहा भेजा की गल लानेदार दिया काम सी मेरे वाल कोई आहो फुमन सिंह करतार सिंह के घर जा ते उन्हूं आख पांच बंदे आएंगे तेरी तीनों भी आन अच्छा ते रोटी पानी दी ज्यादा खेचल ना करन रोटी दी कादी खेचल हुंदी है भाई ते नाले बरात दे पांच बंदे सरपंच दे घर बरात आनी है घट तो घट 100-200 बंदा तो होना चाहिदा है मेरे कोई ती है पिंड वाले की कहणगे जे बुरा ना मन्नो तो एक गल कहां सरपंच साहब कहो फुमना कहो तुहाडी तां इको इक ती है तुसी उन्हूं ट्रक भर के दाज भी दे सकते हो ते 200 बंदे रोटी भी खवा सकते हो पर पिंड दे जिम्मेदार बंदे होण दे नाते साडे गरीबां बारे भी कुछ सोचो जिन्हां दे घर कोठे कोठे गिड्डियां चार चार पैना बैठियां ने जे असीं उन्हां नूं इन्ना इन्ना दाज दईए तां सत्ता पुश्तां तक साडे सिर तों कर्जा नहीं लैंदा ते सारी उम्र दी मूंह रोटी खोई जांदी है तुसीं पिंड दे जिम्मेदार बंदे हो जे तुसीं इहो जिहा आटा पाओगे ते साडे वर्गे गरीब की करनगे फुमन सिंह तेरिया गल्लां ने मैनूं सोचण ते मजबूर कर दिता है जे सारे पिंड वाले तेरे वांगर सोचण लग पैण ता इस पिंड चों की सारे देश चों दाज दहेज दी प्रथा खत्म हो सकती है भाई मैं तां फैसला कर लिया है कि मैं अपनी धी नूं तिन कपड़ियां तोरांगा नाले इस पिंड दी पंचायत विच फैसला करावांगा कि जिहड़ा बंदा इस पिंड विच दहेज या दाज लएगा उहनूं जेल विच जाके चक्की पीणी पएगी चुलक दी आवाज नू हां पुत्र सुन रहे हैं एदा मतलब समझ रहे हैं जीता कल पिंकी नु ब्याह के लिए जा रहा है हुन की हो सकदा पुत्र मैं भी बीमार हां जे मैं बीमार ना हुंदा ते करतारे दे मुंह ते ओहो जी चपेड़ मारदा के ओ जिंदगी भर याद रखदा और तू बीमार है बापू लेकिन तेरा पुत्र हले जिंदा है मैं भी देखना ब्याह किवें हुंदा है काका गल अपने सिर ना लै वो बंती जेड़े 100-100 दे नोट लेके गई है वो डकार मार गई डकार किवें मारेगी बापू उन्हें जाके सॉरी नु गुत्तों फड़ना मैं सॉरी दिए बे मारी कने जाने ना बंती नु ता आज तक इसने मारन दी कोशिश नहीं की थी मैं तेरा की बगाड़ा है बे अरे फड़ा मारी जा रही थी सारी बाजी चौपट करके रख दी पिंकी तेरी होके रहेगी तन पता है कल जीता पिंकी नु ब्याह के ले जा रहा है वे बस इन्नी गल पीछे तू बंती दे हाथ चुक लिया ताकि आप ता भी तू आवन दी गल कर रही है पुआ जे जीता पिंकी नु ब्याह के ले गया ते शेरा दे जिंदे जी मर जाऊ वे जीते ने ता हाली पिंकी नु कल ही ब्योना है हाली ता बाजी साडे हाथ है जे तेरे विच शेरिया जरा जिनी भी गैरत है जे तेरे प्यो दे खून दा जरा जिना भी कण तेरे विच है ता पिंकी नु सजी सजाई नु लाल जोड़े विच मिर्जे वांगू चक के लाया ता जाना आहा नी किन्ना रूप चढ़ा मेरे पिंकी नु किते नजर ना लग जाए नजर ते मैं लाना चुपचाप खड़िया रो एक पासे ये किसी ने बोलने की कोशिश की थी उस आवाज हमेशा दिल बंद कर देंगा तू ऐसे की लेना है शेरिया शेरिया नहीं पिंकी मिर्जा क्या मिर्जा छत्ते मैनू मैं कहती हूँ छत्ते डैडी चाचा चाचा शेरा पिंकी भी चुके लग गए अच्छा तेज करे तेज करे क्यों मैं बर्बाद हो गया तेज करे मैं बर्बाद हो क्यों होया करतार सिंह शेरा मेरी तीनू चुके ले गया ओए मेरी तीनू बचाओ कोई ओए मेरी तीनू बचाओ की
तू फिक्र न कर चाचा, मैं उन्हें देख लूंगा। शेरा पिंकी का कुछ नहीं बिगाड़ सकता। चल मेरी है। आ ये जीता है। शेरा पीता का तो लगा गया ना। छा देखिया मैं क्या ना जिस चीज से शेर की नजर आ जाए उन्हें चक्के भी ले आता है। सुन ला उन सुनिए तेरे नाल मैं ब्याह करांगा। मैं तेरे नाल ब्याह करन तो पहले मैं अपनी जान दे दंगी। तू मेरे जीते दे आन तो पहला आखिरी साल ले जड़ी लेनी है। अरे नाज तेन जीते है। मैं भी देखना जीता की में है। शेर सिर पे होए तो भी इज्जत बन जाती है। जे तेरे वर्गा कमीना इन हथ लावे ना तो दले फांसी का फंदा बन जाती। जीते छड़ दे इसनू, इसनू मार के कानून अपने हाथ में ना ले। इनू कानून सजा देगा। उठ सिपाहिया ला दे हथकड़िया ते लै चल थाने। पैर फड़ लैन पुलिस वाले दे जिन्हां ने तेनू मौके से लाके बचा लिया। ओ शेरिया तू भी बड़े तमचे पा रखे सी, हुण पा लगू जो पुलिस का डंडा फिरिया। सिपाही ले जा थाने इनू। चल 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 चाचा जी भैने मैं माफ कर दे, मैं अपने किते की सजा मिल गई है। पुत्र मेरे को वक्त बहुत घट है। तेज कौरे मैं अपना सब कुछ तेरे हवाले करके जा रहा हूं। इनू अपनी अपनी तिया वांगर रखी, अपनी तिया वांगर रखी इनू।